ਸਵਾਗਤ ਹੈ ਜੀ ਇੱਕ ਵਾਰ ਫੇਰ ਤੁਹਾਡਾ ਜਸ ਪੰਜਾਬੀ ਦੇ ਸ਼ੋ ਫਾਇਰਲਾਈਨ ਦੇ ਵਿੱਚ ਔਰ ਸਭ ਤੋਂ ਪਹਿਲਾਂ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ ਪ੍ਰੋਨ ਹੋਵੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਜਿਹੜੀ ਕਰਨੀ ਹੈ ਉਹ ਬੜਾ ਇੱਕ ਅਹਿਮ ਸਬਜੈਕਟ ਹੈ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਵਰਲਡ ਹਿਮਨ ਰਾਈਟਸ ਡੇ ਲੰਘ ਕੇ ਗਿਆ ਮਨੁੱਖੀ ਅਧਿਕਾਰਾਂ ਦੇ ਦਿਨ ਜਿਹੜਾ ਇੱਕ ਔਰ ਮਨੁੱਖੀ ਅਧਿਕਾਰਾਂ ਦੀ ਜਦੋਂ ਗੱਲ ਚੱਲਦੀ ਹੈ ਤਾਂ ਬਹੁਤ ਸਾਰਾ ਇਹ ਕਿਹਾ ਜਾਵੇ ਕਿ ਹਰ ਵਿਅਕਤੀ ਨੇ ਇੱਕ ਦਾਇਰਾ ਜਾਂ ਖਿੱਚ ਲਿਆ ਕਿ ਇੱਥੋਂ ਤੱਕ ਉਹਦੇ ਅਧਿਕਾਰ ਨੇ ਉਸ ਤੋਂ ਬਾਅਦ ਜੋ ਹੋਈ ਜਾ ਰਿਆ ਉਹਦੀ ਉਹਨੂੰ ਕੋਈ ਪ੍ਰਵਾਹ ਨਹੀਂ ਕੁਝ ਸਮਾਂ ਪਹਿਲਾਂ ਜਾਈਏ ਮਾੜੇ ਦੌਰ ਦੇ ਵਿੱਚੋਂ ਪੰਜਾਬ ਲੰਘਿਆ ਪਰ ਕਮ ਸੇ ਕਮ ਉਦੋਂ ਬੋਲਣ ਵਾਲੇ ਲੋਕ ਵੀ ਕਾਫੀ ਸਨ ਜਿਦੇ ਕਈ ਮਸਾਲਾ ਜੜੀਆਂ ਦਿੱਤੀਆਂ ਜਾ ਸਕਦੀਆਂ ਉਸ ਹਨੇਰੀ ਦੇ ਵਿੱਚ ਵੀ ਉਹ ਲੋਕ ਬੋਲਦੇ ਰਹੇ ਅੱਜ ਬੇਸ਼ੱਕ ਉਹੋ ਜੀ ਹਨੇਰੀ ਤਾਂ ਨਹੀਂ ਚੱਲ ਰਹੀ ਪਰ ਇੱਕ ਬਿਲਕੁਲ ਵੱਖਰੇ ਟਾਈਪ ਦੀ ਹਨੇਰੀ ਜਿਹੜੀ ਦੀ ਉਚਰੇ ਜੀ ਦੇ ਵਿੱਚ ਉਹ ਜਿਹੜਾ ਵਿਅਕਤੀ ਜਿੱਦੀ ਕੋਈ ਆਵਾਜ਼ ਹੀ ਨਹੀਂ ਰਹੀ ਜਿਹਦਾ ਕੋਈ ਪਲੇਟਫਾਰਮ ਨਹੀਂ ਰਿਹਾ ਉਹਦੇ ਜਿੰਨੇ ਹੱਕ ਜਿਹੜੇ ਆ ਉਹ ਲਤਾੜੇ ਜਾ ਰਹੇ ਆ ਸ਼ਾਇਦ ਪਹਿਲਾਂ ਇਹਦੀ ਮਿਸਾਲ ਉਹ ਘੱਟ ਮਿਲਦੀ ਸੀ ਜਿੰਨੇ ਹੁਣ ਜਿਹੜੇ ਲਤਾੜੇ ਜਾ ਰਹੇ ਚਾਹੇ ਉਹ ਪੁਲਿਸ ਦੇ ਕੇਸਾਂ ਦੇ ਮਾਮਲੇ ਦੇ ਵਿੱਚ ਹੋਵੇ ਮੈਂ ਇੱਕ ਅੱਜ ਹੀ ਜਿਹੜੀ ਉਹ ਸਟੋਰੀ ਪੜ੍ਹ ਰਿਆ ਸੀਗਾ ਕਿ ਇੱਕ ਵਿਅਕਤੀ ਦੀ ਧੀ ਦੇ ਰੌਲਾ ਉਹਦੇ ਸਹੁਰਿਆਂ ਦੇ ਨਾਲ ਪੈ ਗਿਆ ਉਹ ਕਿੰਨੇ ਪੈਸੇ ਪੁਲਿਸ ਵਾਲਿਆਂ ਨੂੰ ਦੇ ਚੁੱਕਿਆ ਹੋਇਆ ਉਹਦੀ ਕੋਈ ਸੁਣਵਾਈ ਨਹੀਂ ਹੁਣ ਉਹ ਕਹਿੰਦੇ ਇੱਕ ਸ਼ਰਾਬ ਦੀ ਪੇਟੀ ਲਿਆ ਕੇ ਦੇ ਵੇਰ ਅਸੀਂ ਇਸ ਕੇਸ ਨੂੰ ਜਿਹੜਾ ਉਹ ਅੱਗੇ ਧੋਰਾਂਗੇ ਅਜਿਹਾ ਕੁਝ ਜਿਹੜਾ ਉਹ ਪੰਜਾਬ ਦੇ ਵਿੱਚ ਹਾਲਾਂਕਿ ਹੋ ਬਾਕੀ ਸੂਬਿਆਂ ਦੇ ਵਿੱਚ ਵੀ ਬਹੁਤ ਕੁਝ ਬਹੁਤ ਕੁਝ ਰਿਹਾ ਪਿਛਲੇ ਦਿਨਾਂ ਦੇ ਵਿੱਚ ਬਲੰਦ ਸ਼ਹਿਰ ਦੇ ਵਿੱਚ ਜਿਹੜੀ ਘਟਨਾ ਵਾਪਰੀ ਗਊ ਰੱਖਿਆ ਦੇ ਨਾਂ ਦੇ ਉੱਤੇ ਜਿਸ ਕਿਸਮ ਦੇ ਹਮਲੇ ਜਿਹੜੇ ਦੀ ਉਹ ਹੋ ਰਹੇ ਆ ਜਾਂ ਆਪਾਂ ਜੇ ਪੰਜਾਬ ਤੱਕ ਜਿਹੜਾ ਦੀ ਉਹ ਸੀਮਤ ਰਹੀ ਹੈ ਪੰਜਾਬ ਦੇ ਵਿੱਚ ਜੇ ਇਸ ਕਿਸਮ ਦਾ ਘਾਣ ਇਸ ਵੇਲੇ ਜਿਹੜਾ ਦੀ ਉਹ ਹੋ ਰਿਹਾ ਉਹਦੀ ਗੱਲ ਕਰੀਏ ਜਾਂ ਪਿਛਲੇ ਜਿਹੜੇ ਜ਼ਖਮ ਉਹ ਅੱਜ ਵੀ ਜਦੋਂ ਕਿਤੇ ਛੋਟੀ ਜੀ ਗੱਲ ਹੁੰਦੀ ਆ ਉਹਨਾਂ ਨੂੰ ਅਛੇੜੋ ਤਾਂ ਉਹਨਾਂ ਦੇ ਉੱਤੇ ਅੰਗੂਰ ਆਇਆ ਨਹੀਂ ਦਿਸਦਾ ਉਹਦੇ ਵਿੱਚੋਂ ਖੂਨ ਹੀ ਫੇਰ ਜਿਹੜਾ ਉਹ ਰਿਸ਼ਤਾ ਹੈ ਕਿਉਂਕਿ ਮੈਂ ਇੱਕ ਰਿਪੋਰਟ ਜਿਹੜੀ ਪੜ੍ਹੀ ਸੀ ਜਿਹੜਾ ਜਿਸ ਦਿਨ ਮਨੁੱਖੀ ਅਧਿਕਾਰ ਦਿਵਸ ਸੀਗਾ ਕਿੰਨੇ ਮਾਪੇ ਨੇ ਜਿਹੜੇ ਅੱਜ ਵੀ ਆਪਣੇ ਪੁੱਤਾਂ ਨੂੰ ਉਡੀਕੀ ਜਾਂਦੇ ਨੇ 30 30 ਸਾਲ 32 32 ਸਾਲ ਤੋਂ ਬਾਅਦ ਪਿਛਲੇ ਦਿਨਾਂ ਦੇ ਵਿੱਚ ਕੁਝ ਫੈਸਲੇ ਆਏ ਜਿਵੇਂ ਬਿਆਸ ਨੇੜੇ ਦਾ ਇੱਕ ਮੁੰਡਾ 15 15.5 ਸਾਲ ਦਾ ਸੀ ਪੁਲਿਸ ਨੇ ਸਿਰਫ ਆਪਣੀਆਂ ਤਰੱਕੀਆਂ ਦੇ ਖਾਤਰ ਉਹਨੂੰ ਚੁੱਕ ਕੇ ਜਿਹੜਾ ਉਹ ਮਾਰ ਦਿੱਤਾ ਉਹ ਇੱਕ ਮਿਸਾਲ ਸੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਮਿਸਾਲਾਂ ਨੇ ਜਿਹਦੇ ਵਿੱਚ ਨਾ ਇਨਸਾਫ ਮਿਲਿਆ ਕੀ ਅੱਗੋਂ ਇਨਸਾਫ ਮਿਲ ਸਕਦਾ ਹੈ ਇਹ ਕਦੇ ਸੰਭਵ ਹੋਊਗਾ ਕਿ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੇ ਲੋਕ ਜਿਹੜੇ ਨੇ ਉਹ ਫੇਰ ਇੱਕ ਵਾਰੀ ਜਿਹੜਾ ਦੀ ਬਾਹਰ ਨਿਕਲਣ ਪੱਤਰਕਾਰ ਜਿਨ੍ਹਾਂ ਨੇ ਬਹੁਤ ਵਾਰੀ ਕਈ ਵਾਰੀ ਆਵਾਜ਼ਾਂ ਜਿਹੜੀਆਂ ਉਹ ਉਠਾਈਆਂ ਉਹ ਡਰਾਲੇ ਗਏ ਧਮਕਾਲੇ ਗਏ ਬਾਹਰਲੇ ਗਏ ਮੁਲਕ ਪੱਧਰ ਦੇ ਵਿੱਚ ਜਿਹੜੀਆਂ ਗੱਲਾਂ ਜਿਹੜੀਆਂ ਉਹ ਹੋਈਆਂ ਕਿੰਨੇ ਪੱਤਰਕਾਰ ਨੇ ਜਿਹੜੇ ਕਿ ਇਹਦੀ ਭੇਟ ਚੜ ਗਏ ਇਹ ਮਨੁੱਖੀ ਅਧਿਕਾਰਾਂ ਦੇ ਨਾਲ ਜੁੜਿਆ ਹੋਇਆ ਜਿਹੜਾ ਉਹ ਮਸਲਾ ਹੈ ਕਿ ਲਿਖਣ ਵਾਲਿਆਂ ਨੂੰ ਵੀ ਜਿਹੜਾ ਉਹ ਗੋਲੀ ਦੇ ਨਾਲ ਉਹਨਾਂ ਨੂੰ ਚੁੱਪ ਕਰਾਇਆ ਜਾਂਦਾ ਪੰਜਾਬ ਦੀ ਜੇ ਆਪਾਂ ਗੱਲ ਕਰਨੀ ਹੋਵੇ ਜਿਨ੍ਹਾਂ ਦਾ ਨਾਮ ਵਿਸ਼ਵ ਪੱਧਰ ਦੇ ਉੱਤੇ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਦੇ ਵਜੋਂ ਹਮੇਸ਼ਾ ਜਿਹੜਾ ਦੀ ਉਹ ਚਰਚਿਤ ਰਿਹਾ ਕਈ ਵਾਰੀ ਆਉਂ ਲੱਗਦਾ ਹੁੰਦਾ ਕਿ 1 ਮੈਨ ਆਰਮੀ ਹੈ ਪਰ ਫਿਰ ਵੀ ਅਜੇ ਹੌਸਲਾ ਬਹੁਤ ਘੱਟ ਲੋਕਾਂ ਦੇ ਵਿੱਚ ਆਉਂਦਾ ਕਿ ਇੰਨੀ ਲੰਬੀ ਲੜਾਈ ਜਿਹੜੀ ਆ ਉਹ ਕਿਸੇ ਨੇ ਲੜੀ ਹੋਵੇ ਅੱਜ ਮੈਂ ਗੱਲ ਉਹਨਾਂ ਤੋਂ ਇਹ ਵੀ ਪੁੱਛੂੰਗਾ ਕਿ ਵਕਾਲਤ ਜਿਹੜੀ ਆ ਜੀ ਉਹ ਇੰਨੀ ਮਹਿੰਗੀ ਹੋ ਗਈ ਇਨਸਾਫ ਇੰਨਾ ਮਹਿੰਗਾ ਹੋ ਗਿਆ ਆਮ ਬੰਦਾ ਕਚਹਿਰੀ ਜਾਣ ਤੋਂ ਡਰਨ ਲੱਗ ਗਿਆ ਉਹ ਇੱਥੇ ਜ਼ਮੀਨ ਵਿਕ ਜੂਗੀ ਮੇਰੀ ਮੇਰਾ ਘਰ ਵਿਕ ਜੂਗਾ ਉਹਨੂੰ ਪਤਾ ਹੈ ਕਿ ਇਹ ਜਿਹੜਾ ਭਾਈਚਾਰਾ ਹੈ ਵਕੀਲ ਭਾਈਚਾਰਾ ਸਾਰੇ ਨਹੀਂ ਬਹੁਤ ਸਾਰੇ ਜਿਹੜੇ ਨੇ ਕਿੰਨੇ ਪੈਸੇ ਲੈਂਦੇ ਨੇ ਪਰ ਆਪਣੀ ਪ੍ਰੈਕਟਿਸ ਤੋਂ ਬਿਨਾ ਆਮ ਮਜਲੂਮ ਦੀ ਬਾਹ ਫੜਨ ਵਾਲੇ ਇੱਕ ਵਿਅਕਤੀ ਅੱਜ ਸਾਡੇ ਨਾਲ ਫਾਇਰ ਲਾਈਨ ਦੇ ਵਿੱਚ ਮੌਜੂਦ ਨੇ ਮੇਰੀ ਮੁਰਾਦ ਰੰਜਨ ਲਖਨਪਾਲ ਜੀ ਤੋਂ ਹੈ ਪ੍ਰੋਗਰਾਮ ਚ ਜੀ ਆਨ ਜੈਸੀ ਕਾਲ ਜੀ ਬਹੁਤ ਮਿਹਰਬਾਨੀ ਬਹਿਲਾਤਾ ਮੈਂ ਇਹ ਜਾਨਣਾ ਚਾਹਣਾ ਜੀ ਸ਼ੁਰੂਆਤ ਦੇ ਵਿੱਚ ਤਾਂ ਪ੍ਰੈਕਟਿਸ ਸਾਰੇ ਕਰਦੇ ਨੇ ਕੋਈ ਹੇਟਾ ਕਰੀ ਜਾਂਦਾ ਕੋਈ ਹਾਈ ਕੋਰਟ ਦੇ ਵਿੱਚ ਕੋਈ ਸੁਪਰੀਮ ਕੋਰਟ ਦੇ ਵਿੱਚ ਬਹੁਤ ਸਾਰੇ ਵਕੀਲ ਨੇ ਤੁਸੀਂ ਇਸ ਪਾਸੇ ਵੱਲ ਕਦੋਂ ਆਏ ਜਦੋਂ ਇਹ ਤੁਹਾਨੂੰ ਇਹ ਲੱਗਿਆ ਕਿ ਠੀਕ ਹੈ ਰੋਜ਼ੀ ਰੋਟੀ ਇੱਕ ਛੱਤ ਜਿਹੜੀ ਉਹ ਸਿਰ ਦੇ ਉੱਤੇ ਹੈਗੀ ਹੈ ਤੇ ਉਹਨਾਂ ਲੋਕਾਂ ਦੀ ਬਾਹ ਫੜਨੀ ਹੈ ਜਿਨ੍ਹਾਂ ਦੀ ਬਾਹ ਫੜਨ ਵਾਲਾ ਕੋਈ ਨਹੀਂ ਜਿਨ੍ਹਾਂ ਕੋਲੇ ਪਲੈਟਫਾਰਮ ਕੋਈ ਨਹੀਂ ਔਰ ਕਿੰਨੀ ਧੀਰ ਹੋ ਗਈ ਤੁਹਾਨੂੰ ਇਸ ਪਾਸੇ ਤੁਰਿਆ ਮਾਨੂੰ ਤਾਂ ਜੀ ਬਹੁਤ ਬਹੁਤ ਧੀਰ ਹੋ ਗਈ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਇਟ ਇਸ ਤੋਂ ਸ਼ੁਰੂ ਹੋਇਆ ਹੈ ਕੰਮ ਉਹੀ ਦੌਰ ਸੀਗਾ ਉਹ ਵੀ ਦੌਰ ਸੀਗਾ ਤੇ ਇੱਕ ਬਹੁਤ ਦੁਖਦਾਰ ਸੀ ਜਦੋਂ ਅਸੀਂ ਦੇਖਿਆ ਕਿ ਜਿਹੜੇ ਟਰੈਲਿਸ ਹੁੰਦੇ ਸੀ ਉਹਨੂੰ ਮਾਰਦੇ ਸੀ ਪੁਲਿਸ ਦਾ ਵਖਰੀ ਗੱਲ ਸੀ। ਮੁਸਲਮਾਨਾਂ ਨੂੰ ਵੀ ਫੜ ਕੇ ਮਾਰ ਦਿੱਤਾ ਜਾਂਦਾ ਸੀਗਾ ਪੈਸੇ ਲਈ ਮਤਲਬ ਅ ਪ੍ਰਮੋਸ਼ਨ ਲਈ ਹੋਰ ਕਮਾ ਲਈ ਕਈ ਵਾਰੀ ਪਸੰਦ ਬਦਲੇ ਹੁੰਦੇ ਸੀਗੇ ਉਹਨਾਂ ਲਈ ਤੇ ਉਸ ਵੇਲੇ ਮਤਲਬ ਅੰਦਰੋਂ ਕੁਝ ਆਵਾਜ਼ ਆਈ ਕਿ ਗਲਤ ਹੋ ਰਿਹਾ ਇਹਦੇ ਲਈ ਕੁਝ ਬੋਲਣਾ ਚਾਹੀਦਾ ਇਹਦੇ ਖਿਲਾਫ ਬੋਲਣਾ ਚਾਹੀਦਾ ਉਸ ਵੇਲੇ ਅਸੀਂ ਲੜਾਈ ਸ਼ੁਰੂ ਕੀਤੀ ਤੇ ਜਦੋਂ ਮੇਰੇ ਕੋਲ ਲੋਕੀ ਆਂਦੇ ਸੀਗੇ ਤੇ ਕਹਿੰਦੇ ਸੀ ਜੀ ਸਾਡਾ ਬੱਚਾ ਚੱਕ ਲਿਆ ਮਾਰਤਾ ਜਾਂ ਜਿਵੇਂ ਵੀ ਹੈ ਤੇ ਉਹਨਾਂ ਦੇ ਅਥਰੇ ਨਹੀਂ ਰੁਕਦੇ ਸੀ ਹੂੰ ਮਤਲਬ ਉਹਦਾ ਮਤਲਬ ਉਹਦਾ ਅਸਰ ਮੇਰੇ ਤੇ ਵੀ ਪਿਆ ਹੂੰ ਉਹ ਜਿਹੜਾ ਦੁੱਖ ਸੀ ਉਹਦਾ ਦੁੱਖ ਸੀਗਾ ਉਹ ਮੇਰੇ ਤੇ ਵੀ ਛਾ ਗਿਆ ਤੇ ਮਨ ਵੀ ਥੋੜਾ ਡਿਪਰੈਸ਼ਨ ਜਿਹਾ ਹੋ ਗਿਆ ਕਿਆ ਹੂੰ ਕੀ ਹੋਣ ਰਿਹਾ ਮਗਰ ਉਹਦੇ ਨਾਲ ਮੈਂ ਕਮਜ਼ੋਰ ਨਹੀਂ ਪਿਆ ਹੋਰ ਤਗੜਾ ਹੋਇਆ ਤੇ ਅਸੀਂ ਜਦੋਂ ਪਹਿਲਾ ਕੇਸ ਪਾंदे ਸਾਈ ਹਾਈ ਕੋਰਟ ਦੇ ਵਿੱਚ ਤੇ ਜੱਜ ਕਹਿੰਦੇ ਸੀ ਜੀ ਦੇਵਦੌਟ ਐਂਜਲਸ ਹੂੰ ਮਾਰਤੇ ਮਾਰਤੇ ਮਗਰ ਫਿਰ ਵੀ ਅਸੀਂ ਹਟੇ ਨਹੀਂ ਕੋਈ ਸੌਕ ਕੇਸ ਪਾਉਂ ਤਬਾ ਸਾਡੀ ਆਵਾਜ਼ ਸੁਣ ਨਹੀਂ ਮਤਲਬ ਜਾਂ ਲੱਗੀ ਤੇ ਹਾਈ ਕੋਰਟ ਇੰਟਰਫੇਰ ਕਰਨ ਲੱਪਿਆ ਅਸੀਂ ਬਹੁਤ ਲੋਕਾਂ ਨੂੰ ਬਚਾ ਵੀ ਸਕੇ ਉਸ ਲਈ ਇਹ ਹਾਲ ਸੀਗਾ ਕਿ ਜਿਹੜਾ ਬਾਪ ਹੁੰਦਾ ਸੀਗਾ ਉਹ ਵੀ ਆਪਣੇ ਬੇਟੇ ਦੇ ਲਈ ਕੇਸ ਪਾਣ ਲਈ ਡਰਦਾ ਹੁੰਦਾ ਸੀ ਉਹਨੂੰ ਵੀ ਨਾ ਟਾਰਗੇਟ ਕਰਕੇ ਉਹਨੂੰ ਹੀ ਨਾ ਟਾਰਗੇਟ ਕਰੇ ਕਈ ਕੇਸ ਤਾਂ ਮੈਂ ਆਪਣੇ ਨਾਮ ਤੇ ਪਾਤ ਜੇ ਤੂੰ ਨਹੀਂ ਪਾਉਂਦਾ ਤਾਂ ਮੈਂ ਪਾ ਦੂੰਗਾ ਤੋ ਵੀ ਚਲੋ ਉਹ ਤਾਂ ਫੈਸਲੇ ਦੀ ਗੱਲ ਤੋਂ ਸਾਡੀ ਦਿਓ ਮਤਲਬ ਹਾਂ ਉਹ ਤਾਂ ਬਹੁਤ ਪਾਸੇ ਦੀ ਹੋ ਗਈ ਉਹ ਤਾਂ ਪਾਸੇ ਗੱਲ ਹੋ ਗਈ ਨਾ ਮਤਲਬ ਇਦਾਂ ਲੱਗਦਾ ਸੀ ਕਿ ਖੂਨ ਵੀ ਨਾ ਜਿਹੜਾ ਪਾਣੀ ਹੋ ਗਿਆ ਜਿਹੜਾ ਪੁੱਤਲੀ ਵੀ ਆਪਣੇ ਕੇਸ ਨਹੀਂ ਪਾ ਸਕਦਾ ਤੇ ਇਦਾਂ ਲੱਗਦਾ ਸੀ ਕਿ ਮਤਲਬ ਇਹ ਗੱਲ ਤਾਂ ਮੁੱਕੀ ਹੋਈ ਹੈ ਪਰ ਫਿਰ ਵੀ ਅਸੀਂ ਹਟੇ ਨਹੀਂ ਫਿਰ ਕਾਫੀ ਸਾਲਾਂ ਬਾਅਦ ਕੇਸ ਪਾ ਪਾ ਕੇ ਕੋਈ 2000 ਕੇਸ ਪਾਇਆ ਹਾਈ ਕੋਰਟ ਦੇ ਫੇਗ ਕਾਊਂਟਰਸ ਤੋਂ ਸੀ ਕੇਸ ਹਉ ਦੇ ਉਸ ਤੋਂ ਬਾਅਦ ਸਾਰੀ ਆਵਾਜ਼ मतलब सुनने लग गया असली पुलिस नु नथ पा सके और मेरे ख्याल ना जे उस वले हाई कोर्ट ਸਾਡੇ ਕੇਸਾਂ ਦੇ ਪਾਂ ਤੇ ਪੁਲਿਸ नु ਨਥ ਨਾ ਪੰਦਾ ਤੇ ਸ਼ਾਇਦ ਕੰਮ ਚਲੀ ਜਾਣਾ ਸੀਗਾ ਪਰ ਇਹਦੀ ਕੋਈ ਹੱਦ ਨਹੀਂ ਸੀਗੀ और ਐ ਸਾਨੂੰ ਵੀ ਸਫਰ ਕਰਦਾ ਪਿਆ ਮੇਰੇ ਬੇਟੇ ਨੇ ਮਾਰ ਦਿੱਤਾ ਕਿ ਆ ਪੁਲਿਸ ਨੇ ਮਾਰਤਾ ਸੀਗਾ ਕਿ ਤੋ ਪੁਲਿਸ ਇਹ ਕੇਸ ਪਾਣੀ ਪੁਲਿਸ ਦੇ ਖਿਲਾਫ ਬੰਦ ਕਰ ਦੇ ਆ ਵੀ ਗੱਲ ਹੋਈ ਕਿ ਜੱਜ ਸਾਹਿਬ ਨੇ ਮੈਨੂੰ ਕਿਹਾ ਕਿ ਤੁਸੀਂ ਆ ਕੇ ਇਸ ਬੰਦ ਕਰ ਦਿਓ ਪਰ ਨਹੀਂ ਤਾਂ ਅਸੀਂ ਤੁਹਾਡੇ ਸਾਰੇ ਕੇਸ ਜੇਸਚਨਸ ਕਰਦਾਂਗੇ ਅੱਛਾ ਜੀ ਮੈਂ ਕਿਹਾ ਜੀ ਤੁਸੀਂ ਕੰਨੇ ਤੇ ਕਰ ਦਿਓ ਪਰ ਮੈਂ ਇਹ ਜਿਹੜੀ ਲੜਾਈ ਹੈ ਇਨਸਾਫ ਦੀ ਇਹ ਬੰਦ ਨਹੀਂ ਕਰ ਸਕਦਾ ਔਰ ਉਹ ਜਿਹੜੀ ਲੜਾਈ ਮੈਂ ਉਦੋਂ ਸ਼ੁਰੂ ਕੀਤੀ ਸੀਗੀ ਅੱਜ ਤੱਕ ਵੀ ਕਰਦਾ ਪਿਆ ਹੈਗਾ ਮੈਂ ਉਦੋਂ ਇਹੀ ਕੇਸ ਨਹੀਂ ਪਾਇਆ ਜਿਹੜੇ ਸੀ ਮੈਂ ਕੋਈ ਪਾਕਿਸਤਾਨੀ 500 ਪਾਕਿਸਤਾਨੀ ਜਿਹੜਾ ਪੰਜਾਬ ਪੰਜਾਬ ਬਾਕੀ ਜ਼ਿਲ੍ਹਿਆਂ ਚੋਂ ਬੰਦ ਸਗਾ ਇਹਨਾਂ ਨੇ ਆਪਣੀ ਕੈਦ ਕਰ ਚੁੱਕੇ ਸੀ ਔਰ 6 ਮਹੀਨੇ ਦੀ ਕੈਦ ਤੋਂ 8-8 ਸਾਲ ਤੋ ਜੇਲ੍ਹ ਤਬੰਦ ਸੀਗੇ ਇਲੀਗਲੀ ਉਹਨਾਂ ਨੂੰ ਵੀ ਕੋਈ ਇੱਕ ਇੱਕ ਕੇਸ ਪਾਕ ਯਾਨੀ ਕਿ ਕੇਸ ਪਾਕੇ 500 ਬੰਦੇ ਪਾਕ ਭੇਜਦੇ ਵਾਪਸ ਕੋਈ 500 ਕੇਸ ਪਾਇਆ ਸਾਰੇ ਪਾਕਿਸਤਾਨੀ ਵਾਪਸ ਭੇਜ ਹਾਲਾਤ ਐ ਹੋਏ ਕਿ ਮੇਰਾ ਨਾਮ ਰੰਜਨ ਲਖਨਪਾਲ ਦਾ ਤਾਂ ਤੇ ਰੰਜਨ ਖਾਨ ਸਿੰਘ ਪਾਤਾ ਹਾਈ ਗੁੱਡਸ ਕਹਿੰਦੇ ਸੀ ਇਹ ਰੰਜਨ ਖਾਨ ਸਿੰਘ ਹੈ ਕੋਈ ਕਹਿੰਦਾ ਸੀ ਖਾਲਿਸਤਾਨੀ ਹੈ ਕੋਈ ਕਹਿੰਦਾ ਸੀ ਆਈਐਸਆਈ ਦਾ 에ਜੰਟ ਹੈ ਉਹ ਜਿਹੜੇ ਠੱਪੇ ਲਾਉਣ ਵਾਲੇ ਹਾਂ ਉਹ ਹਾਂ ਉਹ ਪਰ ਸਾਡੀ ਲੜਾਈ ਨਹੀਂ ਬੰਦ ਹੋਈ ਅੱਜ ਵੀ ਅਸੀਂ ਉਹੀ ਲੜੇ ਲੜਦੇ ਪਏ ਹਾਂ ਚਾਹੇ ਕੋਈ ਜਾਜੂ ਕੁਝ ਕਵੇ ਜਾਂ ਕੋਈ ਕੁਝ ਕਵੇ ਪਰ ਸਾਡੇ ਸਭ ਤੋਂ ਪਹਿਲਾਂ ਜਿਹੜੀ ਚੀਜ਼ ਹੈ ਉਹ ਹੈ ਹਿਊਮੈਨਿਟੀ ਪਹਿਲਾਂ ਵੀ ਸੀ ਔਜ ਵੀ ਰਹੇ ਮੈਂ ਲਖਨਪਾਲ ਜੀ ਜਿਹੜੀ ਤੁਸੀਂ ਇੱਕ ਬੜੀ ਭਾਵਕ ਜਿਹੜੀ ਗੱਲ ਕੀਤੀ ਤੁਹਾਡੇ ਬੇਟੇ ਵਾਲੀ ਉਹ ਕੀ ਹੋਇਆ ਸੀਗਾ ਉਹ ਹੋਇਆ ਸੀ ਜੀ ਕਿ ਮੈਂ ਇੱਕ ਐਸਪੀ ਸੀਗਾ ਨੇ ਉਹ ਉਹ ਦੇ ਖਿਲਾਫ ਕੇਸ ਪਾਇਆ ਸੀ ਉਹਨੇ ਦੋ ਮੁੰਡੇ ਕਲਕੱਤੇੋਂ ਲਿਆ ਕੇ ਉਹ ਬਾਹਰ ਤੇ ਸੀ ਉਹਦੇ ਫਾਦਰ ਨੂੰ ਵੀ ਉਹ ਫਾਦਰ ਸੀ ਉਹ ਨੰਬੂਦ ਸਿੰਘ ਸੀਗਾ ਉਹਨੇ ਬੜਾ ਟੌਰਚ ਕੀਤਾ ਸੀਗਾ ਮਤਲਬ ਉਹ ਗਰਮ ਰੀਤੇ ਲੇਟਾ ਕੇ ਹੋਰ ਕਈ ਤਸ਼ਦ ਕੀਤਾ ਸੀਗਾ ਉਸ ਕੇਸ ਚ ਹਾਈ ਕੋਰਟ ਚ ਕੇਸ ਪਾ ਕੇ ਸੀਬੀ ਇਨਕੁਆਰੀ ਕਰਾਤੀਸ ਤੇ ਸੀਬੀ ਇਨਕੁਆਰੀ ਕਰਾਤੀ ਤੇ ਉਸ ਇਨਕੁਆਰੀ ਦੇ ਵਿੱਚ ਉਹ ਜਿਹੜਾ ਐਸਪੀ ਸੀਗਾ ਉਹਦੇ ਖਿਲਾਫ ਵਰਡਿਕਟ ਆ ਗਿਆ ਦੇ ਉਹ ਮੇਰੇ ਤੇ ਪ੍ਰੈਸ਼ਰ ਐਸ ਕਰ ਰਹੇ ਸੀ ਕਿ ਤੁਸੀਂ ਇਹ ਕੇਸ ਨੂੰ ਫੋਲੋ ਨਾ ਕਰੋ। ਹੂੰ। ਪਹਿਲਾਂ ਕਹਿੰਦੇ ਸੀ ਤੁਸੀਂ ਪੈਸੇ ਲੈ ਲਓ, ਇਹ ਕਰ ਲਓ, ਉਹ ਕਰ ਲਓ। ਹੂੰ। ਜਦ ਮੈਂ ਨਹੀਂ ਮੰਨਿਆ ਤੇ ਫਿਰ ਉਹਨਾਂ ਨੇ ਕੀ ਕੀਤਾ ਕਿ ਮੇਰੇ ਤੇ ਇਹਦਾ ਉਹ ਸੈਟ ਕਰਨਾ ਸ਼ੁਰੂ ਕਰਤਾ। ਮੇਰੇ ਪਿੱਛੇ ਜਿਪਸੀਆਂ ਲਾਦਰੀਆਂ ਅਗ ਜਿਵੇਂ ਮੇਰੀ ਗੱਡੀ ਨੂੰ ਮਾਰਨ ਲੱਗੇ ਨੇ। ਹੂੰ। ਫੋਨ ਆਣੇ ਗੰਦੇ ਗੰਦੇ। ਹੂੰ। ਤੇ ਮੈਂ ਬੋ ਆਹ ਤੋ ਇਹ ਕਰ, ਉਹ ਕਰ। ਪਰ ਮੈਂ ਹਟਿਆ ਨਹੀਂ। ਫਿਰ ਜਿਵੇਂ ਮਨੂੰ ਪਹਿਲਾਂ ਵੀ ਕਿਹਾ ਗਿਆ ਸੀ ਕਿ ਤੁਸੀਂ ਇੱਕ ਥਾਂ ਤੇ ਨਾ ਸੈਟ ਨਾ ਕਰਿਆ ਕਰੋ। ਬਾਤ ਬਦਲੇ ਕਰੋ। ਹੂੰ। ਤੇ ਜਿਵੇਂ ਕੱਲ ਕੇਸ ਲਗਾਉ ਦਾ ਜਦੋਂ ਆ ਜੀ ਸਰ ਕੇਸ ਦੇ ਖਿਲਾਫ ਕੇਸ ਸਿਸਟਰ ਕਰੋ ਉਸ ਤੋਂ ਇੱਕ ਰਾਤ ਸ਼ਾਮ ਨੂੰ ਉਹ ਮੇਰਾ ਬੇਟਾ ਬਾਹਰ ਖੇਡ ਰਿਹਾ ਸੀਗਾ ਤੇ ਉਸੇ ਐਸਪੀ ਦੀ ਜਿਹੜੀ ਗੱਡੀ ਸੀਗੀ ਉਹਦੇ ਦੁਕਾਨ ਮੈਂ ਬੈਠੇ ਹੋਏ ਸੀ ਉਹਨਾਂ ਨੇ ਆ ਕੇ ਉਹਨੂੰ ਹਿੱਟ ਕੀਤਾ ਅੱਛਾ ਤੇ ਉਹ ਹੀ ਵਾਸ ਕਿਲ ਬਾਅਦ ਦ ਸੇਮ ਉਸ ਗਨ ਮੈਂ ਉਹ ਹੀ ਜਿਹੜੀ ਗੱਡੀ ਸੀ ਹਾਂ ਉਹਦੀ ਬਹੁਤ ਇਹ ਮੈਂ ਸਮਝਦਾ ਜੀ ਇਹਨਾਂ ਜਿਹੜਾ ਜੀ ਉਹ ਭੁਗਤਿਆ ਪਰ ਫੇਰ ਵੀ ਜਿਹੜੇ ਹੌਸਲੇ ਨਾਲ ਤੁਸੀਂ ਤੁਰੇ ਹੋ ਲੇਕਿਨ ਪਾਲ ਜੀ ਇੱਕ ਜਿਹੜਾ ਸਵਾਲ ਬਹੁਤ ਵੱਡਾ ਚੱਲਦਾ ਕੋਈ ਕੀ ਇਹਦੀਆਂ ਕੋਈ ਐਗਜ਼ੈਕਟ ਫਿਗਰਸ ਕਿਤੇ ਹੈਗੀਆਂ ਨੇ ਕਿ ਕਿੰਨੇ ਲੋਕ ਜਿਹੜੇ ਸੀ ਉਸ ਟਾਈਮ ਦੇ ਉਤੇ 80ਵਿਆਂ ਦੇ ਵਿੱਚ ਜਿਹੜੇ ਉਹ ਮਾਰੇ ਗਏ 99 ਤੱਕ ਵੈਸੇ ਤਾਂ ਐਗਜ਼ੈਕਟ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਹਾਂ ਹਾਂ ਪਰ 2000 ਕੇਸ ਮੈਂ ਪਾਏ ਨੇ ਅੱਛਾ ਜੀ ਫੇਕ ਐਂਕਾਊਂਟਰਸ ਇਲੇ ਜੁਆਨ ਦੇ ਡਿਟੈਂਸ਼ਨ ਦੇ ਵਗੈਰਾ ਹੋ ਰਹਾ ਤਾਂ ਟੌਰਚਰ ਦੇ ਉਹ ਤਾਂ ਪਤਾ ਨਹੀਂ ਕਿੰਨੇ ਨੇ ਉਹਦੇ ਅੰਦਾਜ਼ੇ ਨਹੀਂ ਹੈਗਾ ਹਮ ਪਰ 2000 ਬੰਦਾ ਮਾਰੇ ਮਾਰਿਆਂ ਦਾ ਮਤਲਬ ਜਿਹੜਾ ਮੇਰੇ ਕੋਲ ਰਿਕਾਰਡ ਹੈਗਾ ਹਮ ਤੇ ਹੋਰ ਕਿੰਨੇ ਹੈਗੇ ਹਜ਼ਾਰੇ ਨੇ 2000 ਜਿੰਨੇ ਤੁਸੀਂ ਪਾਏ ਜਿਹੜੇ ਫੇਕ ਇਨਕਾਊਂਟਰ ਦੇ ਉਹਦੇ ਵਿੱਚੋਂ ਕਿੰਨੇ ਆ ਕੇ ਦੇ ਫੈਸਲੇ ਆਏ ਕਾਫੀਆਂ ਦੇ ਫੈਸਲੇ ਆਏ ਤੇ ਕਈਆਂ ਨੂੰ ਅਸੰਦਰ ਵੀ ਕਰਾਇਆ ਕਿ ਡੀਐਸਪੀ ਐਸਪੀ ਅੰਦਰ ਬੈਠੇ ਨੇ ਹਮ ਔਰ ਜਿਹੜੇ ਮਿਸਟਰ ਜੀ ਸਿੰਘ ਸੰਧੂ ਸਗੇ ਹਮ ਉਹਦੇ ਖਲਾਫ ਜਿਹੜੇ ਐਸਪੀ ਸੀਗੇ ਐਸਐਸਪੀ ਸੀਗੇ ਤਰਨਤਾਨ ਉਹਦੇ ਖਲਾਫ ਵਿੱਚ ਬਹੁਤ ਕੇਸ ਪਾਇਆ ਸੀ ਤੇ ਉਹਦੇ ਚ ਇਨਕੁਆਰੀ ਹੋ ਗਈ ਸੀ ਹਮ ਇਨਕੁਆਰੀ ਹੋਣ ਤੋਂ ਬਾਅਦ ਫਿਰ ਉਹ ਕੇਸ ਹਾਈ ਕੋਰਟ ਚ ਆ ਗਿਆ ਹਮ ਤੇ ਉਹ ਮੇਰੇ ਕੋਲ ਆਏ ਕਹਿੰਦੇ ਜੀ ਸਾਡਾ ਮਤਲਬ ਕੰਪਰਮਾਈਜ਼ ਕਰਾ ਦਿਓ ਹਮ ਮੈਂ ਕਿਹਾ ਜਾ ਕੇ ਉਹਨਾਂ ਦਾ ਕੰਪਰਮਾਈਜ਼ ਕਰ ਲਓ ਹਮ ਕਹਿੰਦੇ ਉਹ ਤਾਂ ਮੰਨਦੇ ਨਹੀਂ ਮੈਂ ਕਿਹਾ ਫਿਰ ਤੁਸੀਂ ਸਾਡਾ ਮੁੰਡਾ ਵਾਪਸ ਕਰ ਦਿਓ ਜਿਹੜੇ ਬੰਦੇ ਅੱਗੇ ਸਾਡੇ ਚੱਕੇ ਹਮ ਕਹਿੰਦਾ ਉਹ ਤਾਂ ਨਹੀਂ ਹੋ ਸਕਦਾ ਮੈਂ ਕਿਹ ਫਿਰ ਕੇਸ ਤੇ ਨਹੀਂ ਚੱਲੂਗਾ ਹੂੰ ਕਹਿੰਦਾ ਜੀ ਤੁਸੀਂ ਰਕਮ ਬੋਲੋ ਹੂੰ ਮੈਂ ਕਹਿੰਦਾ 1 ਕਰੋੜ 2 ਕਰੋੜ 3 ਕਰੋੜ ਹੂੰ ਮੈਂ ਕਿਹਾ ਜੀ ਮੇਰੀ ਕੀਮਤ ਤਾਂ ਕੱਖ ਨਹੀਂ ਪਰ ਮੈਂ ਵਕੂ ਮਾਲ ਨਹੀਂ ਆ ਹੂੰ ਵੈਰੀ ਗੁੱਡ ਹੂੰ ਤੇ ਫਿਰ ਹੱਥ ਜੋੜ ਕੇ ਬਹਿ ਗਿਆ ਮੇਰੇ ਪੁੱਤਰ ਤੇ ਬੱਚਿਆਂ ਤੇ ਤਰਸ ਖਾਉ ਹੂੰ ਮੈਂ ਕਿਹਾ ਜੀ ਤੁਸੀਂ ਨਹੀਂ ਕੋਈ ਤਰਸ ਖਾਦਾ ਹੂੰ ਹਾਂ ਤੇ ਮੈਂ ਕਿਉਂ ਕਰਾਂ ਮੈਂ ਕੀ ਕਰ ਸਕਦਾ ਬਿਲਕੁਲ ਹਾਂਜੀ ਰੰਜਨ ਲਖਨਪਾਲ ਜੀ ਸਾਡੇ ਨਾਲ ਮਹਿਮਾਨ ਮੌਜੂਦ ਨੇ ਫਾਇਰ ਲਾਈਨ ਦੇ ਵਿੱਚ ਉਹ ਕਹਿੰਦੇ ਕੀਮਤ ਤਾਂ ਮੇਰੀ ਕੱਖ ਨਹੀਂ ਪਰ ਮੈਂ ਵਕਾਊ ਮਾਲ ਨਹੀਂ ਇਹ ਜਿਹੜਾ ਤੁਸੀਂ ਕਹਿ ਸਕਦੇ ਹੋ ਕਿਸੇ ਦੀ ਪਰਸਨੈਲਿਟੀ ਦਾ ਜਿਹੜਾ ਉਹ ਨਿਚੋੜ ਕੇ ਉਹਨਾਂ ਨੇ ਇੰਨੀ ਲੰਬੀ ਲੜਾਈ ਜਿਹੜੀ ਉਹ ਲੜੀ ਭੁਗਤਣਾ ਕਿਹੜੇ ਤਰੀਕੇ ਦੇ ਨਾਲ ਪਿਆ ਉਹ ਲਖਨਪਾਲ ਜੀ ਦੱਸ ਕੇ ਹਟੇ ਨੇ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੇ ਲੋਕ ਪਿਛਲੇ ਸਮੇਂ ਦੇ ਦੌਰਾਨ ਘਟੇ ਕਿਉਂ ਇਹਦੇ ਉੱਤੇ ਅਸੀਂ ਗੱਲਬਾਤ ਰੰਜਨ ਲਖਨਪਾਲ ਜੀ ਦੇ ਨਾਲ ਕਰਾਂਗੇ ਪਰ ਇਸ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਫਾਇਰ ਲਾਈਨ ਦੇ ਵਿੱਚ ਰੰਧਨ ਲਖਨਪਾਲ ਜੀ ਸਾਡੇ ਨਾਲ ਮਹਿਮਾਨ ਮੌਜੂਦ ਨੇ ਹਾਈ ਕੋਰਟ ਸੁਪਰੀਮ ਕੋਰਟ ਦੇ ਉਹ ਵਕੀਲ ਨੇ ਪਰ ਉਹਨਾਂ ਦੀ ਜਿਹੜੀ ਪਛਾਣ ਹੈ ਉਹ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੇ ਵਿਅਕਤੀ ਸਾਲਾਂ ਤੋਂ ਦਹਾਕਿਆਂ ਤੋਂ ਬਲਕੇ ਇਹ ਕਹਿੰਦਾ ਜਾਵੇ ਕਿ ਉਹ ਲਗਾਤਾਰ ਅੱਜ ਵੀ ਉਨੇ ਹੀ ਐਕਟਿਵ ਨੇ ਇਸ ਮਸਲੇ ਦੇ ਉੱਤੇ ਸਰ ਇੱਕ ਜਿਹੜੇ ਮਨੁੱਖੀ ਅਧਿਕਾਰਾਂ ਦੇ ਕਮਿਸ਼ਨ ਹੁੰਦੇ ਸੀ ਬੜਾ ਰੋਲ ਹੁੰਦਾ ਸੀ ਕੋਈ ਉਹਦੀ ਨਹੀਂ ਸੁਣਵਾਈ ਹੁੰਦੀ ਸੀ ਤਾਂ ਭੱਜਦਾ ਸੀ ਉਧਰ ਨੂੰ ਹੌਲੀ ਹੌਲੀ ਇਹਨਾਂ ਦਾ ਸਿਆਸੀਕਰਨ ਕਰ ਦਿੱਤਾ ਗਿਆ ਪੋਲਿਟਿਸਾਈਜ਼ ਹੋ ਗਏ ਉੱਥੇ ਜਿਹੜੀਆਂ ਤੁਸੀਂ ਇਹ ਕਹਿ ਲੋ ਕਿ ਪੋਲਿਟਿਕਲ ਤੌਰ ਦੇਤੇ ਲੋਕ ਬਿਠਾਉਣੇ ਸ਼ੁਰੂ ਕਰਤੇ ਸੋ ਅੱਜ ਇਹਨਾਂ ਦਾ ਜੇ ਆਪਾਂ ਪੰਜਾਬ ਲੈਵਲ ਤੇ ਗੱਲ ਕਰੀਏ ਕੋਈ ਰੋਲ ਹੈਗਾ ਕੋਈ ਕਿਤੇ ਐਕਟੀਵਿਟੀ ਦਿਸਦੀ ਨਹੀਂ ਇਹਨਾਂ ਦੀ ਰੋਲ ਦਾ ਇਸ ਵੇਲੇ ਤਾਂ ਕੋਈ ਖਾਸ ਹੈ ਨਹੀਂ ਸਵਾਏ ਕਿ ਕੁਝ ਬੰਦੇ ਜਿਹੜੇ ਹੈਗੇ ਆ ਉਹਨੂੰ ਕੀਤਾ ਹੋਇਆ ਐਡਜਸਟ ਕੀਤਾ ਹੋਇਆ ਔਰ ਜਿਵੇਂ ਪਿੱਛੇ ਜਾਈ ਜਦੋਂ ਕਮਿਸ਼ਨ ਬਣੇ ਸਕੇ ਜੀ ਤਾਂ ਉਸ ਲਈ ਕਮਿਸ਼ਨ ਬਣੇ ਸੀ ਜਿਉਂਕਿ ਇੰਟਰਨੈਸ਼ਨਲ ਪ੍ਰੈਸ਼ਰ ਕਰਕੇ ਜੀ ਕੋਈ ਪੰਜਾਬ ਦੇ ਚੰਨੀਆਂ ਜਿਹੜੀਆਂ ਐਟ੍ਰੋਸिटीज ਹੋ ਰਹੀਆਂ ਸੀਗੀਆਂ ਹੂੰ ਤੋ ਉਸ ਲਈ ਬਣਾਇਆ ਗਿਆ ਸੀ ਕਮਿਸ਼ਨ ਐਜ਼ ਆਈ ਵਾਸ਼ ਜੀ ਤੋ ਇੱਕ ਜ਼ਮਾਨਾ ਸੀਗਾ ਕਿ ਅੱਧੇ ਕੇਸ ਜਿੰਨੇ ਸੀਗੇ ਟੋਟਲ ਕਮਿਸ਼ਨ ਦੇ ਕੋਲ ਉਹ ਮੇਰੇ ਹੁੰਦੇ ਸੀਗੇ ਜੀ ਤੇ ਮਤਲਬ 600 ਕੇਸ ਤੋਂ ਮੈਂ ਵੱਖਰੇ ਉੱਥੇ ਪਾਇਆ ਸੀ ਵੱਖਰਾ ਉਹ ਹਾਈ ਕੋਰਟ ਨੂੰ ਛੱਡ ਕੇ ਹੂੰ ਤੇ ਉਹਨਾਂ ਦੇ ਵਿੱਚ ਵੀ ਕੁਝ ਆਰਡਰ ਹੁੰਦੇ ਸੀਗੇ ਸਾਡੇ ਹੱਕ ਦੇ ਵਿੱਚ ਬੀਬੀ ਜਗੀਰ ਕਾਲਾ ਕੇਸ ਵੀ ਮੈਂ ਪਹਿਲਾਂ ਪਾਇਆ ਸੀ ਉਹਦੇ ਕਮਿਸ਼ਨ ਦੇ ਵਿੱਚ ਮਨੁਕੀਰ ਕਾਰਕਮਿਸ਼ਨ ਹਾਂਜੀ ਹਾਂ ਕੁਝ ਕੇਸਿਸ ਦੇ ਵਿੱਚ ਤਾਂ ਹੁੰਦਾ ਸੀ ਆ ਸਭ ਕੁਝ ਨਾ ਕੁਝ ਹਮ ਵੈਸੇ ਲੀਗਲੀ ਦੇਖਿਆ ਜਾਏ ਤਾਂ ਅਸੀਂ ਹਾਈ ਕੋਰਟ ਕੇਸ ਪਾਸ ਕਰ ਸਕਦੇ ਆ ਜੇ ਉਸ ਕਮਿਸ਼ਨ ਦਾ ਆਰਡਰ ਕੋਈ ਪਾਸ ਹੋਇਆ ਹੋਵੇ ਅੱਛਾ ਜੀ ਤੇ ਅਸੀਂ ਇੰਪਲੀਮੈਂਟ ਕਰਾਉਣ ਲਈ ਉਸ ਨੂੰ ਹਾਈ ਕੋਰਟ ਕੇਸ ਪਾਸ ਕਰ ਸਕਦੇ ਆ ਉਹ ਕੁਝ ਮੈਂ ਕੇਸ ਪਾਈ ਵੀ ਸੀਗੇ ਹਮ ਉਹ ਕੁਝ ਬਣਿਆ ਸੀਗਾ ਪਰ ਮੇਰੇ ਹਿਸਾਬ ਨਾਲ ਇਟ ਇਜ਼ ਮੋਰ ਆਫ ਐਨ ਆਈ ਵਾਸ਼ ਕਿਉਂਕਿ ਜਿਹੜੀ ਇਨਕੁਆਰੀ ਆਰਡ ਕੀਤੀ ਜਾਂਦੀ ਹੈ ਕੁਵੀਸ਼ਨ ਆਰਡ ਕਰਦੀ ਹੈ। ਉਹ ਉਸੇ ਬੰਦੇ ਨੂੰ ਇਨਕੁਆਰੀ ਦੇ ਦਿੰਦੇ ਨੇ ਜਿਹਦੇ ਖਿਲਾਫ ਅਲੋਕੇਸ਼ਨ ਲਾਇਆ ਹੋਇਆ। ਅੱਛਾ ਜੀ। ਸੋ ਜਿਹੜੇ ਬੰਦੇ ਖਿਲਾਫ ਅਲੋਕੇਸ਼ਨ ਲਾਇਆ ਹੋਇਆ ਉਹ ਨੂੰ ਰਿਪੋਰਟ ਕੀ ਦੋਗਾ ਜੀ। ਤੇ ਇਹੋ ਜਿਹਾ ਇੱਕ ਮਜ਼ਾਕ ਜਿਹਾ ਹੈਗਾ। ਤੇ ਉਹ ਵੈਸੇ ਉਹ ਨੂੰ ਅਸੀਂ ਯੂਜ਼ ਕਰਦੇ ਆਂ ਕਈ ਵਾਰੀ ਪੁਲਿਸ ਨੂੰ ਡਰਾਉਣ ਲਈ। ਅੱਛਾ ਜੀ। ਉਹ ਜਿਆਦਾ ਕੋਈ ਠੋਸ ਗੱਲ ਹੈ ਨਹੀਂ। ਕੋਈ ਬਹੁਤੇ ਮਾਇਨੇ ਹੈ ਨਹੀਂ ਇਹਨੂੰ। ਨਾ ਨਾ ਮਤਲਬ ਸਰ ਜਿਹੜੇ ਕਿਸੇ ਟਾਈਮ ਮੈਂ ਜਦ ਵਿੱਚ ਸਟਾਰਟਿੰਗ ਚ ਕਹਿਆ ਸੀਗਾ ਵੀ ਜਦੋਂ ਬਹੁਤ ਮਾੜਾ ਟਾਈਮ ਸੀ ਉਹ ਡਰਦੇ ਸੀਗੇ ਲੋਕ ਜਿਵੇਂ ਤੁਸੀਂ ਮਿਸਾਲ ਦਿੱਤੀ ਕਿ ਪਿਓ ਵੀ ਡਰਦਾ ਸੀਗਾ ਮੈਂ ਆਪਣੇ ਪੁੱਤ ਦਾ ਕਿਵੇਂ ਪਾਵਾਂ ਮੈਨੂੰ ਨਾ ਪੁਲਿਸ ਚੁੱਕ ਲੈ ਉਦੋਂ ਵੀ ਜਸਵੰਤ ਸਿੰਘ ਖਾਲੜਾ ਹੋਰਾਂ ਵਰਗੇ ਵਿਅਕਤੀ ਬੋਲਦੇ ਰਹੇ ਅੱਜ ਇੰਨਾ ਡਰਤਾ ਨਹੀਂ ਹੈਗਾ ਡਰ ਹੈਗਾ ਇਹਦੇ 'ਚ ਕੋਈ ਸ਼ੱਕ ਨਹੀਂ ਕੀ ਪੁਲਿਸ ਜਿਹੜੀ ਆ ਉਹ ਫੈਬ੍ਰੀਕੇਟ ਕਰ ਦਿੰਦੀ ਆ ਉਹ ਕੇਸ ਸਟਡੀਓ ਬਣਾ ਦਿੰਦੀ ਆ ਬਹੁਤ ਸਾਰੀਆਂ ਮਿਸਾਲਾਂ ਨੇ ਇੱਕ ਵਿਕਟਮ ਤਾਂ ਮੈਂ ਵੀ ਬੈਠਾ ਤੁਹਾਡੇ ਸਾਹਮਣੇ ਉਹਦੇ باوجود ਲੋਕ ਜਿਹੜੇ ਬੋਲਣ ਵਾਲੇ ਆ ਜੀ ਆਪਾਂ ਚਾਹੇ ਮੁਲਕ ਪੱਧਰ ਦੇ ਉੱਤੇ ਲਾ ਲਈ ਆ ਪਿੱਛੇ ਦੇ ਜਿੰਨੇ ਸੀਗੇ ਜੀ ਉਹ ਚੁੱਕ ਕੇ ਅੰਦਰ ਵੀ ਦੇ ਦਿੱਤੇ ਕੀ ਉਹ ਡਰ ਹੈ ਕਿ ਲੋਕ ਹੌਲੀ 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 ਇਹ ਜਿਹੜੇ ਮਨੁੱਖੀ ਅਧਿਕਾਰਾਂ ਲਈ ਬੋਲਣ ਵਾਲੇ ਉਹ ਘਟਦੇ ਜਾ ਰਹੇ ਆ ਘਟਦੇ ਵੀ ਜਾ ਰਹੇ ਨੇ ਉਹ ਡਰ ਵੀ ਉਦਾਂ ਹੀ ਬਰਕਰਾਰ ਹੈ ਮੈਂ ਸਮਝਦਾ ਜੀ ਕਿਉਂਕਿ ਪੁਲਿਸ ਜਿਹੜੀ ਹੈਗੀ ਆ ਉਹ ਲੋਕਾਂ ਨੂੰ ਝੂਠੇ ਕੇਸਾਂ ਪਸੰਦੀ ਹੈਗੀ ਹੈ ਆ ਫਿਰ ਜਿਹੜੇ ਲੋਕੀ ਫਿਰ ਦਾ ਫਸਦੇ ਨੇ ਉਹਨਾਂ ਲਈ ਕੋਈ ਲੜਨ ਵਾਲਾ ਰਹਿਦਾ ਨਹੀਂ ਹੈ ਕੋਈ ਬੋਲਦਾ ਨਹੀਂ ਡਰਦੇ ਨੇ ਮਤਲਬ ਤੇ ਮੈਂ ਆ ਸਮਝਦਾ ਕਿ ਜਿਹੜਾ ਤਸ਼ੱਦਦ ਤਾਂ ਪੁਲਿਸ ਦਾ ਉਦਾਂ ਹੀ ਹੈ ਜਿਵੇਂ ਪਹਿਲਾਂ ਹੁੰਦਾ ਸੀ ਹੂੰ ਸਵਾਇਆ ਹੈ ਕਿ ਫੇਕ ਇੰਕਾਊਂਟਰ ਛੱਡ ਕੇ ਹੁਣ ਹੂੰ ਉਹ ਫੇਕ کیسਸ ਹੋ ਗਏ ਨੇ ਝੂਠੇ ਕੇਸ ਹੋ ਗਏ ਨੇ ਟੌਰਚਰ ਹੋ ਗਏ ਨੇ ਤੇ ਬੰਦੇ ਨੂੰ ਉਹ ਤਬਾਹ ਕਰ ਦਿੰਦੇ ਨੇ ਕਿਸੇ ਨਾ ਕਿਸੇ ਤਰ੍ਹਾਂ ਮੈਂ ਐਸਾ ਸਮਝਦਾ ਹਾਂ ਕਿ ਪੁਲਿਸ ਹਸਤੇ ਵਿੱਚ ਕਾਫੀ ਕਾਇਮ ਹੈ ਤੇਜ਼ ਹੈ ਔਰ ਐਦਾਂ ਹੀ ਹੈ ਚਾਹੇ ਮੈਂਟਲੀ ਤੌਰ ਤੇ ਚਾਹੇ ਫਾਈਨੈਂਸ਼ਲੀ ਤੌਰ ਤੇ ਮੈਂ ਗੱਲ ਉਹ ਫਾਈਨੈਂਸ਼ੀਅਲ ਦਾ ਬਤਨੂ ਪੂਰਾ ਸ਼ਟਰ ਕਰ ਦਿੰਦੇ ਨੇ ਹੂੰ ਚਾਹੇ ਮਾਰਨ ਨਾ ਫਿਰ ਤੁਹਾਡਾ ਘਰ ਤਬਾਹ ਕਰ ਦਣਗੇ ਝੂਠੇ ਕੇਸ ਪਾ ਦਣਗੇ ਬਦਨਾਮ ਕਰ ਦਣਗੇ ਫੇ ਮੀਡੀਆ ਵੀ ਆਉਂਦੇ ਰੈਸਕਿਊ ਚ ਨਹੀਂ ਆਦੀ ਮੋਸਟ ਆਫ ਦਾ ਟਾਈਮ ਅਨਫੋਰਚਨਟਲੀ ਤੇ ਮੈਂ ਸਮਝਦਾ ਕਿ ਜਿਹੜਾ ਤਰਸ਼ਦਤ ਹੈ ਉਹ ਕਿਸੇ ਕਿਸੇ ਫਾਰਮ ਚ ਪੁਲਿਸ ਦਾ ਰੰਦੇ ਹੀ ਹੈਗਾ ਚਾਹੇ ਹੁੰਦਾ ਹੈ ਕਹਿਣ ਲੱਪੈ ਨੇ ਕਿ ਅਸੀਂ ਤੁਹਾਨੂੰ ਐਨਡੀਪੀਐਸ ਦੇ ਕੇਸ ਫਸਾ ਦਾਂਗੇ ਫੀਮ ਪਾ ਦਾਂਗੇ ਚਰਜ ਪਾ ਦਾਂਗੇ ਆ ਜਦੋਂ ਤੁਸੀਂ ਚਰਜ ਸਿਆ ਫੀਮ ਪਾ ਦਿੰਦੇ ਕਿਸੇ ਦੇ ਖਿਲਾਫ ਤੇ ਉਸ ਬੰਦੇ ਦਾ ਕੋਈ ਬਚਾਅ ਵੀ ਨਹੀਂ ਹੈ ਨਾ ਹਾਈ ਕੋਰਟ ਉਹ ਵੀ ਫੇ ਬਚਾਉਂਦਾ ਹੈਗਾ ਨਾ ਸੁਪਰੀਮ ਕੋਰਟ ਜਾਂਦਾ ਹੈਗਾ ਔਰ ਹੁੰਦਾ ਪੂਰਾ ਝੂਠਾ ਕੇਸ ਐ ਕੋਈ ਕੁਝ ਨਾ ਉਹ ਇੰਡੀਪੈਂਡੈਂਟਰ ਹੁੰਦਾ ਹੈਗਾ ਨਾ ਕੁਝ ਹੋਰ ਹੁੰਦਾ ਹੈਗਾ ਪੁਲਿਸ ਵਾਲੇ ਥਾਣੇ ਚ ਬੈ ਕੇ ਕੇਸ ਤੁਹਾਡੇ ਖਿਲਾਫ ਸਿਸਟਰ ਕਰ ਦਿੰਦੇ ਨੇ ਬੰਦਾ ਚਾਹੇ ਦੌੜੀ ਜਾਏ ਫਿਰ ਉਸ ਬਾਅਦ ਪਰ ਤੁਸੀਂ ਬਹੁਤ ক্লোਜ਼ਲੀ ਹਰ ਚੀਜ਼ ਨੂੰ ਜਿਹੜਾ ਦੇਖਿਆ ਪੁਲਿਸ ਦੇ ਨਾਲ ਤਾਂ ਤੁਹਾਡਾ ਸਾਰਾ ਬਾਹਰ ਆ ਦੇ ਕਿਹਾ ਜਾਵੇ ਕਿ ਪੋਤੜਿਆਂ ਤੱਕ ਤੁਸੀਂ ਉਹਨਾਂ ਦੇ ਜਾਣਦੇ ਹੋ ਪੰਜਾਬ ਪੁਲਿਸ ਦਾ ਅਜਿਹਾ ਚਿਹਰਾ ਜਿਹੜਾ ਦੀ ਉਹ ਬਣਨ ਦੇ ਪਿੱਛੇ ਕਾਰਨ ਕੀ ਹੈ ਉਹਦਾ ਪੋਲੀਟਿਸਾਈਜ਼ ਹੋ ਜਾਣਾ ਕੀ ਰੀਜ਼ਨ ਕੀ ਹੈ ਟੋਟਲ ਪੋਲਿਟਿਕਾਈਜ਼ੇਸ਼ਨ ਹੈ ਜੀ ਔਰ ਇੱਕ ਉਹ ਨੇਚਰ ਹੀ ਬਣਾਈ ਹੋਈ ਹੈ ਕਿ ਸਾਡੇ ਹੱਲੇ ਜਿਹੜਾ ਮਾਨਸਿਕ ਸਾਡਾ ਹੈਗਾ ਉਹ ਕੋਲੋਨੀ ਕੋਲੋਨੀਅਲ ਰੂਲ ਹੈਗਾ ਕਿ ਜੋ ਬ੍ਰਿਟਿਸ਼ਸ ਨੇ ਪੁਲਿਸ ਫੋਰਸ ਬਣਾਈ ਸੀ ਟੂ ਰੂਲ ਦਾ ਕੰਟਰੀ ਉਹੀ ਪਾਲਸੀ ਹੁਣ ਤੱਕ ਚੱਲਦੀ ਪਈ ਹੈ ਔਰ ਪੰਜਾਬ ਦੇ ਵਿੱਚ ਕੀ ਹਿੰਦੁਸਤਾਨ ਦੇ ਵਿੱਚ ਵੀ ਪੁਲਿਸ ਹੀ ਰਾਜ ਕਰਦੀ ਹੈ ਔਰ ਜਿਹੜੇ ਪੋਲਿਟਿਸ਼ੀਅਨ ਨੇ ਉਹ ਪੁਲਿਸ ਦੇ ਥਰੂ ਰਾਜ ਕਰਦੇ ਨੇ ਆਨ ਦੀ ਪ੍ਰੋਮੋਸ਼ਨਸ ਉਹਦੇ ਇਸ ਨੇਚਰ ਹੀ ਹਰ ਚੀਜ਼ ਪੋਲਿਟਿਸ਼ੀਅਨਜ਼ ਆਤੋਂਦੇ ਆ ਪੋਲਿਟਿਸ਼ੀਅਨਸ ਆਫ ਦਾ ਸਾਰਾ ਕੰਮ ਗਲਤ ਕੰਮ ਠੀਕ ਕੰਮ ਸਾਰਾ ਪੁਲਿਸ ਦਾ ਤੋਂ ਕਰਾਉਂਦੀ ਹੈਗੀ ਆ ਹਾਂ ਪੁਲਿਸ ਵਾਲੇ ਜਿਹੜੇ ਹੈਗੇ ਐਸ ਕੱਲ ਤੋਂ ਜਾਇਜ਼ ਫਾਇਦਾ ਉਠਾਉਂਦੇ ਹੈਗੇ ਤੁਸੀਂ ਦੇਖੋਗੇ ਜੁਡੀਸ਼ੀ ਦੇ ਵਿੱਚ ਵੀ ਜਿਹੜਾ ਹੈਗਾ ਜਿਹੜਾ ਕੰਮ ਹੈਗਾ ਉਹ ਕਾਫੀ ਜੱਜ ਜਿਹੜੇ ਹੈਗੇ ਨੇ ਉਹ ਥਰੂ ਪੁਲਿਸ ਆਪਣਾ ਕੰਮ ਕਰਾਉਂਦੇ ਨੇ ਹਾਂ ਔਰ ਅਸੀਂ ਆਪਣਾ ਐਕਸਪੀਰੀਅੰਸ ਹੈਗਾ ਕਿ ਕਈ ਵੇਸਨ ਜਸਟਿਸ ਨਹੀਂ ਮਿਲਦਾ ਕਿਉਂਕਿ ਉਹ ਪਰਸਨਲ ਜਿਹੜਾ ਨੈਕਸਸ ਹੈਗਾ ਬਿਟਵੀਨ ਦ ਪੁਲਿਸ ਐਂਡ ਦ ਜੁਡੀਸ਼ਰੀ ਸਮਟਾਈਮਸ ਉਸ ਕਰਕੇ ਸਾਨੂੰ ਜਸਟਿਸ ਨਹੀਂ ਮਿਲਦਾ ਉਹ ਸਾਰਾ ਸਿਸਟਮ ਹੀ ਦਖਰਾਵਾ ਹੋ ਜਾਂਦਾ ਨਾ ਜੁਡੀਸ਼ੀ ਤੋਂ ਸਾਨੂੰ ਸਪੋਰਟ ਮਿਲਦੀ ਹੈ ਨਾ ਪੁਲਿਸ ਦਾ ਹੀ ਤਸ਼ੱਦਦ ਕਰਦੀ ਹੈ ਅਸੀਂ ਜਿਹੜੇ ਸੈਂਕੜੇ ਕੇਸ ਪਾਇਆ ਸਾਨੂੰ ਇਨਸਾਫ ਨਹੀਂ ਮਿਲ ਸਕਿਆ ਉਹ ਦਾ ਕਾਰਨ ਇਹ ਸੀਗਾ ਕਿ ਉਹ ਨੈਕਸਸ ਸੀਗਾ ਪੁਲਿਸ ਰਿਫਾਰਮ ਦੀ ਗੱਲ ਹਮੇਸ਼ਾ ਚੱਲਦੀ ਐ ਉਹ ਗੱਲ ਚੱਲਦੀ ਐ ਕਿ ਇੰਨੇ ਫੰਡਸ ਦੇ ਦਿਓ ਜੀ ਜਿਹੜੇ ਸੂਬੇ ਉਹ ਸੈਂਟਰ ਤੋਂ ਮੰਗੀ ਜਾਂਦੇ ਐ ਸੈਂਟਰ ਇਧਰ ਉਧਰ ਕਰਕੇ ਕੀ ਪੁਲਿਸ ਰਿਫਾਰਮ ਜਿਹੜਾ ਉਹਦਾ ਹੱਲ ਹੈਗਾ ਕਿਤੇ ਨਾ ਕਿਤੇ ਪੁਲਿਸ ਦਾ ਚਿਹਰਾ ਬਦਲਿਆ ਜਾਵੇ ਦੇਖੋ ਜੀ ਪੁਲਿਸ ਰਿਫਾਰਮ ਨਹੀਂ ਐ ਜੀ ਪੁਲਿਸ ਦਾ ਟੋਟਲ ਸਿਸਟਮ ਹੈਜ਼ ਟੂ ਬੀ ਚੇਂਜਡ ਜਦ ਤੱਕ ਅਸੀਂ ਇਹਦੀ ਸਾਈਕੋਲੋਜੀ ਨਹੀਂ ਚੇਂਜ ਕਰ ਦੇਗੇ ਤਾਂ ਅਦੇ ਰਹੋਗੀ ਕੋਈ ਇਹਦੀ ਇਨਵੈਸਟੀਗੇਸ਼ਨ ਐ ਕੀ ਹੈਗੀ ਜੀ ਚਾਹ ਥੱਪੜ ਮਾਰੋ ਕੁੱਟੋ ਮਾਰੋ ਆਹ ਦੀ ਇਨਵੈਸਟੀਗੇਸ਼ਨ ਨਹੀਂ ਹੈ ਜੀ ਤੁਸੀਂ ਬਾਹਰ ਜਿਖਿਆ ਹੋਣਾ ਤੁਸੀਂ ਤਾਂ ਬਾਹਰ ਹੀ ਰਹੇ ਰਹੋ ਉੱਥੇ ਸਾਇੰਟਿਫਿਕ ਇਨਵੈਸਟੀਗੇਸ਼ਨ ਹੁੰਦੀ ਤੇ ਪੁੱਟ ਕੁਐਸਚਨਸ ਹੋਈਓ ਅਕ੍ਰਾਸ ਆ ਟੇਬਲ ਗੱਲ ਹੁੰਦੀ ਹੈ ਕਿ ਇਹ ਅਦਾ ਫਰਦਾ ਇਹ ਤੋਂ ਦੇ ਕਨਫਰੰਟ ਹਮ ਵਿਦ ਦਾ ਫੈਕਟਸ ਕਿ ਯੂ ਆ ਫਾਊਂਡ ਓਵਰ ਥੇਰ ਨਾ ਉਹ ਤਾਂ ਲਿੰਕ ਹੈਗਾ ਆ ਤੁਹਾਡਾ ਮੋਬਾਈਲ ਲਿੰਕ ਹੈਗਾ ਉੱਥੇ ਤੇ ਪੇਜੈਂਸ ਸੀ ਨਹੀਂ ਸੀ ਉਸ ਦੇ ਹਿਸਾਬ ਨਾਲ ਚੱਲਦੇ ਨੇ ਵੀ ਆ ਗੱਲ ਤਾਂ ਸਾਹਮਣੇ ਹੈਗੀ ਹੈ ਥੈਟ ਇਜ਼ ਦਾ ਰਾਈਟ ਵੇ ਆਫ ਇਨਵੈਸਟੀਗੇਸ਼ਨ ਐਸਾ ਚਾਹ ਤਾ ਪੜੋ ਨਾ ਮਰੋ ਤਾਂ ਬੋਲੋਗੇ ਮੈਂ ਕੀਤਾ ਜੀ ਬਾਅਦ ਤੁਸੀਂ ਕੁਝ ਕਰੀ ਜੋ ਔਰ ਅੱਧੇ ਕੇ ਸੰਬੰਧ ਵਿੱਚ ਤੁਸੀਂ ਦੇਖੋ ਕਿ ਜਿਹੜੀ ਉਹ ਹੁੰਦੇ ਐਵੀਡੈਂਸ ਹੁੰਦੀ ਹੈਗੀ ਉਹ ਝੂਠੀ ਹੁੰਦੀ ਹੈ ਉਹ ਬਨਾਬ ਲੂ ਗਿਆ ਕਿ ਹਾਕ ਹੋ ਕੇ ਬੰਦੇ ਨੂੰ ਟੰਗ ਦੇ ਦੇ ਪਿਛਲੇ ਦਿਨਾਂ ਦੇ ਵਿੱਚ ਕੁਝ ਕੇਸ ਬੜੇ ਚਰਚਿਤ ਹੋਏ ਉਹਦੇ ਵਿੱਚ ਇੱਕ ਬ੍ਰਿਟਿਸ਼ ਨਾਗਰਿਕ ਜੱਗੀ ਜੋਲ ਦਾ ਮਾਮਲਾ ਵੀ ਹੈ ਇੱਕ ਜਿਹੜਾ ਕੇਸ ਜਿਹੜਾ ਬੰਬ ਧਮਾਕਾ ਹੋਇਆ ਪਿਛਲੇ ਦਿਨਾਂ ਦੇ ਵਿੱਚ ਨਰੰਗਕਾਰੀ ਜਿਹੜਾ ਭਵਨ ਦੇ ਉੱਤੇ ਉਸ ਮਾਮਲੇ ਦੇ ਵਿੱਚ ਪੁਲਿਸ ਨੇ ਜਿੰਨਾ ਰਿਮਾਂਡ ਉਹਨਾਂ ਦੋ ਜਾਨਿਆਂ ਦਾ ਲਿਆ ਬਾਰ-ਬਾਰ ਰਿਮਾਂਡ ਲਿਆ ਹੁਣ ਕਹਿੰਦਾ ਕਿ ਸਾਨੂੰ ਰਿਮਾਂਡ ਦੀ ਲੋੜ ਨਹੀਂ ਜਦੋਂ ਕਿ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਅਜੇ ਤੱਕ ਪੁਲਿਸ ਨੇ ਕੋਈ ਖੁਲਾਸਾ ਜੜਾ ਦੀ ਉਹ ਨਹੀਂ ਕੀਤਾ ਈਵਨ ਜੱਗੀ ਜੋਲ ਵਾਲੇ ਮਾਮਲੇ ਦੇ ਵਿੱਚ ਖੁਲਾਸਾ ਨਹੀਂ ਹੋਇਆ ਤੁਹਾਨੂੰ ਲੱਗਦਾ ਜਿਹੜੀ ਗੱਲ ਤੁਸੀਂ ਕਰ ਰਹੇ ਕਰ ਰਹੇ ਹੋ ਇਹ ਵੀ ਕੁਝ ਇਸ ਤਰ੍ਹਾਂ ਦਾ ਹੈ ਬਿਲਕੁਲ ਜੀ ਤੁਸੀਂ ਕਈ ਕੇਸ ਦੇਖੋਗੇ ਜਿੱਥੇ ਕਿ ਪੁਲਿਸ ਵਾਲੇ ਕੀ ਕਰਦੇ ਨੇ ਟਰਾਈ ਟੂ ਸ਼ੋ ਕਿ ਉਹਨੇ ਕੇਸ ਸੋਲਵ ਕਰਤਾ ਇੱਕ ਦਿਨ ਵਿੱਚ ਕਿਵੇਂ ਸੋਲਵ ਕਰਤਾ ਸਾਨੂੰ ਸਮਝ ਨਹੀਂ ਆਦੀ ਵੈਸੇ ਬਟ ਟੂ ਕਲੇਮ ਦੈਟ ਦੇ ਹੈਵ ਸੋਲਡ ਦਾ ਕੇਸ ਦੇ ਇੰਪਲੀਕੇਟ ਸਮਬਡੀ ਐਂਡ ਸੇ ਦੈ ਅਰ ਇਨਵੋਲਡ ਕੇਸ ਸੋਲਡ ਬਾਅਦ ਚਾਹੇ ਉਹ ਮਤਲਬ ਫੜਿਆ ਜਾਏ ਨਾ ਫੜਿਆ ਜਾਏ ਉਸ ਤੋਂ ਪਹਿਲਾਂ ਚੜ੍ਹ ਦਿਨੋਂ ਉਹ ਵੱਖਰੀ ਸੋਰੀ ਪਹਿਲਾਂ ਕਹਿੰਦੇ ਸੋਲਵ ਕਰਤਾ ਜੀ ਉਹ ਕਿਵੇਂ ਕਰਦੇ ਇੱਕ ਦਿਨ ਦੇ ਵਿੱਚ ਕੁਝ ਸਮਝ ਨਹੀਂ ਆਦੀ ਉਹ ਜਿਹੜਾ ਕੇਸ ਹੈਗਾ ਬੰਬ ਤਮਾਕੇ ਵਾਲਾ ਜਰਨਕਾਰੀ ਭਵੰਤ ਅਮਰ ਸਰ ਉਹ ਜਿਹੜਾ ਅਵਤਾਸ਼ ਸਿੰਘ ਜਿਹੜਾ ਕੈਨੇਡਾ ਤੋਂ ਜਿਹੜਾ ਹੈਗਾ ਉਹ ਉਹਨ ਦੋਧਾਂ ਫੜ ਕੇ ਕਹਤਾ ਹੀ ਇਜ਼ ਇਨਵੋਲਵ ਮਤਲਬ ਉਸੇ ਕੀ ਨਸ਼ੀਸ਼ ਕੀਤੀ ਹੈ ਦੋਸ਼ੀ ਵੀ ਠਹਿਰਾਤਾ ਠਹਿਰਾਤਾ ਉਹ ਕੋਈ ਟਾਪਾਈ ਚੜ੍ਹਦਾ ਹੋਊਗਾ ਉਹਨੂੰ ਅੰਦਰ ਰਿਮਾਂਡ ਵੀ ਕਰਤਾ ਹੋਊਗਾ ਉਸ ਪਹਿਵਿਲ ਲੈ ਲਏ ਉਹਨਾਂ ਕੇ ਮਤਲਬ ਨਾਓ ਇਟ ਇਜ਼ ਫਿਜ਼ਲਡ ਅਪ ਪਰ ਸਰ ਜਿਹੜੀ ਇੱਕ ਤਕਰੀਬਾ ਹੁਣ ਤਾਂ 3 ਸਾਲ ਤੋਂ ਵੀ ਉੱਪਰ ਹੋ ਗਿਆ ਇਨਵੈਸਟੀਗੇਸ਼ਨ ਹੀ ਚੱਲੀ ਜਾਂਦੀ ਆ ਉਹ ਗੁਰੂਗ੍ਰਾਂਦ ਸਾਹਿਬ ਦੀ ਬੇਅਦਬੀ ਹੋਈ ਆ ਉਹਨਾਂ ਮਾਮਲਿਆਂ ਦੇ ਵਿੱਚ ਜਿਹੜੇ ਅਕਾਲੀ ਸਰਕਾਰ ਸੀ ਉਹਨੇ ਤਾਂ ਉਦੋਂ ਕਰਕੇ ਨਾਲ ਦੀ ਨਾਲ ਜਿਹੜੇ ਗ੍ਰਹਿ ਮੰਤਰੀ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਪ੍ਰੈਸ ਕਾਨਫਰੰਸ ਫੜਲੇ ਦੀ ਫੜਲੇ ਫੜਲੇ ਉਹ ਵੀ ਫੈਬ੍ਰੀਕੇਟ ਕੀਤੇ ਸੀਗੇ ਬਾਅਦ ਵਿੱਚ ਉਹ ਆ ਗਿਆ ਸਾਹਮਣੇ ਉਹਦੀ ਇਨਵੈਸਟੀਗੇਸ਼ਨ ਫਿਰ ਜਿਹੜੀ ਆ ਜੀ ਉਹ ਪੁਲਿਸ ਕਿਉਂ ਨਹੀਂ ਕਰ ਰਹੀ ਪੁਲਿਸ ਦਾ ਇਹ ਬਣਾ ਤਰੀਕਾ ਹੈਗਾ ਉਹਨੂੰ ਕਿਤੇ ਪਹਿਲੇ ਲੈ ਲੈ ਨਹੀਂ ਲੈ ਕੁਝ ਲੱਭਾ ਨਹੀਂ ਲੱਭਾ ਅੱਧੇ ਚਲੀ ਜਾਂਦਾ ਸੇਮ ਟਿਕਲੇ ਕਾ ਤਾਂ ਫੜ ਲਿਆ ਨਹੀਂ ਫੜਿਆ ਛੜਦਾ ਫਿਰ ਜਾਂ ਟੰਗਦਾ ਕਿਸਨੂੰ ਕੀ ਇਹ ਜਿਹੜਾ ਦੀ ਬਦਲ ਸਕੂਗਾ ਕਦੀ ਤੁਹਾਨੂੰ ਲੱਗਦਾ ਹੈ ਕਿ ਇਸ ਪਾਸੇ ਵੱਲ ਕੋਈ ਚੇਂਜ ਆਊਗੀ ਕਿ ਹਾਂ ਸਹੀ ਬੰਦੇ ਜਿਹੜੇ ਉਹ ਫੜੇ ਜਾਣ ਕੋਈ ਬੰਦਾ ਸਰਕਾਰ ਤੇ ਕੋਈ ਜੈਨੂਦ ਆਦਮੀ ਆ ਜਾਵੇ ਵਿਦ ਅ ਵਿਜਨ ਇਨ ਹਿਸ ਮਾਈਂਡ ਉਹ ਸਾਰਾ ਬਦਲ ਸਕਦਾ ਥਿਸ ਥਿਸ ਨੇਸ਼ਨ ਨੀਡਸ ਟੋਟਲ ਓਵਰਹੋਲਿੰਗ ਕੱਲਾ ਪੰਜਾਬ ਦਾ ਮੁਲਕ ਦੀ ਪੰਜਾਬ ਸਾਰਾ ਕੰਟਰੀ ਤੁਸੀਂ ਦੇਖੋ ਬੁਲੇ ਸਿਸਮ ਜਾਇਗਾ ਸਾਰੇ ਹੀ ਸੇਮ ਹੈ ਹੂੰ ਪੰਜਾਬ ਚ ਜ਼ਿਆਦਾ ਹੈਗਾ ਹੂੰ ਬਾਕੀ ਤਾਂ ਉਹਦੇ ਘੱਟ ਹੈਗਾ ਹੂੰ ਪੰਜਾਬ ਤਾਂ ਟੌਪ ਤੇ ਹੈਦਾ ਮਤਲਬ ਹੂੰ ਇਸ ਤੋਂ ਸੀ ਉਹ ਜੋ ਸੁਣਿਆ ਹੁੰਦਾ ਗਰਭਚਾ ਵਾਲਾ ਜੀ ਸੁਣਿਆ ਤੁਸੀਂ ਜੀ 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 ਬਿਲਕੁਲ ਇਹ ਤਾਂ ਕੁਝ ਵੀ ਕਰ ਦਿੰਦੇ ਆ ਜੀ ਕੁਝ ਵੀ ਕਰ ਦਿੰਦੇ ਹਾਂ ਜੀ ਹਾਂ ਉਹ ਆਤੀ ਗੋਗਾ ਮੈਂ ਹਿਰਨਾਂ ਹਾਂ 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 ਜੀ ਹਾਂ ਬਿਲਕੁਲ ਜੀ ਬਿਲਕੁਲ ਉਹ ਕਹਿੰਦਾ ਵੀ ਉਹ ਲੈ ਆਈ ਸੀ ਘੰਟੇ ਸੀ ਵੀ ਮੈਂ ਹੀ ਆ ਹਿਰਨ ਮੈਂ ਹੀ ਆ ਜੀ ਮੈਂ ਹਿਰਨਾਂ ਜੀ ਉਹ ਉਹਦੀ ਚਾਹ ਉਹਦੀ ਕੰਨੇ ਹਿਲਦੇ ਸੀਗੇ ਜਾਂ ਜੋ ਵੀ ਸਗਾ ਵੱਡੇ ਵੱਡੇ ਹਾਥੀ ਦੇ ਹਮ ਸਰ ਸਾਡੇ ਜਿਹੜੇ ਜਿਹੜੀ ਵਿਊਅਰਸ਼ਿਪ ਹੈ ਉਹ ਮੈਕਸਿਮਮ ਜਿਹੜੀ ਹੈ ਉਹ ਕਿਉਂਕਿ ਫੋਰਨ ਕੰਟਰੀ ਦੇ ਵਿੱਚ ਰਹਿੰਦੇ ਆ ਉਹ ਲੋਕ ਬੜੇ ਇਹਨਾਂ ਚੀਜ਼ਾਂ ਤੋਂ ਤੰਗ ਨੇ ਇੱਥੇ ਆ ਕੇ ਜਾਂਦੇ ਆ ਮਿਲ ਮਿਲ ਕੇ ਗਏ ਤਾਂ ਪਤਾ ਬਾਅਦ ਚ ਲੱਗਦਾ ਵੀ ਉਹ ਗਲੀ 'ਚ ਕਿਸੇ ਨੇ ਬੜਕਾਂ ਮਾਰੀਆਂ ਸੀਗੀਆਂ ਤੇ ਉਹ ਪਰਚਾ ਉਹਨਾਂ ਦੇ ਉੱਤੇ ਜਿਹੜਾ ਜੀ ਉਹ ਦਰਜ ਹੋਇਆ ਹੈ ਉਹਦੇ 'ਚ ਪੀਓ ਹੋ ਜਾਂਦੇ ਆ ਇਹ ਇਹਦਾ ਕੋਈ ਹੱਲ ਹੈ ਇਹਨਾਂ ਲੋਕ ਜਿਹੜੇ ਵਿਚਾਰੇ ਕਿੰਨੇ ਕਿੰਨੇ ਸਾਲ ਹੋ ਗਏ ਆ ਹੀ ਨਹੀਂ ਸਕੇ ਪੀਓ ਹੋਣ ਕਰਕੇ ਨੇ ਉਹਦੇ ਅਸੀਂ ਵੈਸੇ ਤਾਂ ਹਾਈ ਕੋਰਟ ਕੇਸ ਬੰਦੇ ਪਏ ਐ ਹਜੇ ਕੇਸ ਔਰ ਅਸੀਂ ਪੋਸਿਬਲ ਹੁੰਦਾ ਕਿ ਉਹ ਬੰਦਾ ਵਾਪਸ ਆ ਸਕਦਾ ਹੈ ਤਾਂ ਅਸੀਂ ਉਹਦਾ ਬਚਾਅ ਕਰ ਲੈਨੇਗੇ ਪਰ ਇਹ ਗੱਲ ਤੁਹਾਡੀ ਠੀਕ ਹੈ ਕਿ ਝੂਠੇ ਕੇਸ ਬੰਦੇ ਨੇ ਫਿਰ ਬੰਦਾ ਉੱਥੇ ਵੇਟ ਕਰਦਾ ਰਹਿੰਦਾ ਕਿ ਇਹਨੂੰ ਪਤਾ ਨਹੀਂ ਹੁੰਦਾ ਵਾਪਸ ਕਿਵੇਂ ਆਣਾ ਹੈਗਾ ਐਸ ਜੀ ਤੁਸੀਂ ਪੀਓ ਡਿਕਲੇ ਹੋ ਜਾ ਰਾਹ ਹੀ ਨਹੀਂ ਲੱਭਦਾ ਪਰ ਅਸੀਂ ਰਸਤਾ ਦਾ ਹੈਗਾ ਜੀ ਪਰ ਆ ਅਨਫੋਰਚੂਨੇਟ ਹੈ ਕਿ ਬਹੁਤ ਘੱਟ ਹੁੰਦਾ ਹੈਗਾ ਠੀਕ ਰੰਧਨ ਲਖਨਪਾਲ ਜੀ ਸਾਡੇ ਨਾਲ ਫਾਇਰ ਲਾਈਨ ਦੇ ਵਿੱਚ ਮਹਿਮਾਨ ਮੌਜੂਦ ਨੇ ਇਸ ਵੇਲੇ ਇੱਕ ਬਹੁਤ ਹੌਰ ਟਾਪਿਕ ਹੈ ਜੁੜਿਆ ਹੋਇਆ ਉਹ ਟੈਕਨੀਕਲੀ ਅਦਾਲਤ ਦੇ ਨਾਲ ਹੈ ਔਰ ਅਦਾਲਤ ਦੇ ਵਿੱਚ ਜਿਹੜਾ ਹਲਫਨਾਮਾ ਦਿੱਤਾ ਸਰਕਾਰ ਨੇ ਰਫੇਲ ਡੀਲ ਦੇ ਨਾਲ ਜੁੜਿਆ ਹੋਇਆ ਉਹਦੇ ਵਿੱਚ ਇੱਕ ਬਹੁਤ ਵੱਡਾ ਟਰਨ ਜਿਹੜਾ ਦੀ ਟੈਕਨੀਕਲੀ ਜਿਹੜਾ ਦੀ ਇਹ ਕੀ ਟਰਨ ਹੈ ਕਿਉਂਕਿ ਮੈਂ ਸਭ ਤੋਂ ਇਹ ਜਿਹੜਾ ਜਰੂਰ ਜਾਣਨਾ ਚਾਹੁੰਦਾ ਕਿ ਇਹਦਾ ਅਸਰ ਜਿਹੜਾ ਆ ਉਹ ਕਿੰਨਾ ਕੁ ਵੱਡਾ ਪਊਗਾ ਸੁਪਰੀਮ ਕੋਰਟ ਦੇ ਵਿੱਚ ਜਦੋਂ ਕੋਈ ਹਲਫਨਾਮਾ ਦਿੱਤਾ ਜਾਵੇ ਉਹਦੇ ਮਾਇਨੇ ਕੀ ਨੇ ਪਹਿਲੀ ਤੇ ਗੱਲ ਜਿਹੜਾ ਕੋਈ ਸਾਈਨ ਕਰਕੇ ਜਿਹੜਾ ਦੀ ਉਹ ਦੇ ਰਿਹਾ ਕਿਉਂਕਿ ਉਹ ਸਹੀ ਜਾਣਕਾਰੀ ਹੋਵੇ ਝੂਠੀ ਆ ਫਿਰ ਉਹਦਾ ਇੰਪੈਕਟ ਜਿਹੜਾ ਜੀ ਉਹ ਕੀ ਪੈਂਦਾ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਹਦੇ ਬਾਰੇ ਗੱਲਬਾਤ ਅਸੀਂ ਕਰਾਂਗੇ ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਰੰਜਨ ਲਖਨਪਾਲ ਜੀ ਸਾਡੇ ਨਾਲ ਫਾਇਰਲਾਈਨ ਦੇ ਵਿੱਚ ਮਹਿਮਾਨ ਮੌਜੂਦ ਨੇ ਮਨੁੱਖੀ ਅਧਿਕਾਰਾਂ ਦੇ ਬਾਰੇ ਇਹਦੇ ਵਿੱਚ ਕੁਝ ਗੱਲਬਾਤ ਉਹਨਾਂ ਦੇ ਨਾਲ ਕੀਤੀ ਹੈ ਓਵਰ ਆਲ ਜੋ ਕੁਝ ਵੀ ਜਿਹੜਾ ਵੀ ਰਿਲੇਟ ਹੈ ਖਾਸ ਤੌਰ ਦੇ ਤੇ ਅਦਾਲਤਾਂ ਦੇ ਨਾਲ ਕਿਉਂਕਿ ਜੇ ਆਪਾਂ ਫਿਲਮਾਂ ਵਿੱਚ ਵੀ ਕੀ ਦੇਖੀਏ ਤਾਂ ਉਹ ਕਹਿੰਦੇ ਨਹੀਂ ਕਿ ਇਹਨੂੰ ਅਦਾਲਤ ਜਾਣ ਤੋਂ ਰੋਕ ਲੋ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਨਤਾਰਾ ਹੋ ਜਾਊਗਾ ਪਰ ਜੋ ਕੁਝ ਜਿਵੇਂ ਰੰਜਨ ਲਖਨਪਾਲ ਜੀ ਦੱਸ ਰਹੇ ਨੇ ਕਿੰਨੇ ਹਜ਼ਾਰ ਕੇਸ ਉਹਨਾਂ ਨੇ ਪਾਇਆ ਕਿੰਨੇ ਕੁ ਫੈਸਲੇ ਜਿਹੜੇ ਜੀ ਉਹ ਆਏ 1984 ਦੇ ਆਪਾਂ ਸਿੱਖ ਕਤਲੇਆਮ ਦੀ ਜਿਹੜੀ ਉਹ ਗੱਲ ਕਰੀਏ ਉਹ ਮਾਮਲਾ ਹੋਵੇ ਚਾਹੇ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ ਦਾ ਗੱਲ ਹੋਵੇ ਕਿ 30 30 ਸਾਲ 32 32 ਸਾਲ ਤੋਂ ਬਾਅਦ ਹੁੰੜੜੇ ਦੀ ਉਹ ਫੈਸਲੇ ਚੰਦਕੂ ਆਏ ਬਹੁਤ ਥੋੜੇ ਜਿਹੜੇ ਜੀ ਉਹ ਫੈਸਲੇ ਕਾਰਨ ਕੀ ਸਰ ਨੇ ਦੱਸਿਆ ਹੀ ਹੈ ਕਿ ਕਿਹੜੇ ਤਰੀਕੇ ਦੇ ਨਾਲ ਇਹ ਸਾਰਾ ਕੁਝ ਜਿਹੜਾ ਜੀ ਉਹ ਚੱਲਦਾ ਕਿਵੇਂ ਗਵਾ ਜਿਹੜੇ ਆ ਉਹ ਡਰਾ ਧਮਕਾ ਲਏ ਜਾਂਦੇ ਆ ਜੇ ਧਮਕੀਆਂ ਰੰજન ਲਖਨਪਾਲ ਜੀ ਵਰਗੀਆਂ ਜੜੀਆਂ ਆਉਂਦੀਆਂ ਨੇ ਤੁਸੀਂ ਸੋਚ ਸਕਦੇ ਹੋ ਕਿ ਕਿਹੋ ਜੀਆਂ ਧਮਕੀਆਂ ਦੇ ਵਿੱਚੋਂ ਮੇਰੇ ਵਰਗਾ ਆਮ ਜਿਹੜਾ ਬੰਦਾ ਹੈ ਜਿੱਦੀ ਇੰਨੀ ਅਪਰੋਚ ਵੀ ਨਹੀਂ ਉਹ ਉਹ ਕਿਹੋ ਜੀਆਂ ਧਮਕੀਆਂ ਦੇ ਵਿੱਚੋਂ ਜਿਹੜਾ ਦੀ ਉਹ ਲੰਘਦਾ ਹੋਊਗਾ ਸਰ ਮੈਂ ਇਸ ਤੋਂ ਪਹਿਲਾਂ ਕਿ ਜਿਹੜੀ ਸੈਂਟਰ ਗਵਰਨਮੈਂਟ ਨੇ ਜਿਹੜਾ ਪਾਇਆ ਹਲਫ ਨਾ ਉਹਦੀ ਗੱਲ ਕਰਾਂ ਮੈਂ ਤੁਹਾਤੋਂ ਇਹ ਜਾਨਣਾ ਚਾਹੁੰਦਾ ਤੁਸੀਂ ਬੈਸਟ ਆਨਸਰ ਉਹਦਾ ਦੇ ਸਕਦੇ ਹੋ ਜਿਹੜੇ ਸੁਪਰੀਮ ਕੋਰਟ ਦੇ ਜੱਜਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਜਿਹੜਾ ਦੀ ਉਹ ਹੋਇਆ ਇਹ ਕਿਸ ਪਾਸੇ ਵੱਲ ਨੂੰ ਇਸ਼ਾਰਾ ਸੀਗਾ ਪੋਲੀਟੀਕਲ ਦਖਲ ਸਿੱਧਾ ਜਾਂ ਕੋਈ ਹੋਰ ਇਹ ਜੀ ਦਾ ਅਪੀਅਰੈਂਸ ਟੂ ਬੀ ਪੋਲੀਟੀਕਲ ਪ੍ਰੈਸ਼ਰ ਦੂਜਾ ਇਹ ਗੱਲ ਸ਼ੂਕਦਾ ਹੈ ਕਮਿਟਰਡ ਜੁਡੀਸ਼ਰੀ ਕਮਿਟਰਡ ਜੁਡੀਸ਼ਰੀ ਦਾ ਮਤਲਬ ਹੈ ਕਿ ਜਿਹੜੇ ਜੱਜ ਨੇ ਉਹ ਪੋਲਿਟਿਕਸ ਜਿਹੜੇ ਹੁੰਦੇ ਨੇ ਪੋਲਿਟਿਸ਼ੀਅਨ ਹੁੰਦੇ ਨੇ ਉਹਨਾਂ ਦੇ ਹਿਸਾਬ ਨਾਲ ਜਾਂ ਸਰਕਾਰ ਦੇ ਹਿਸਾਬ ਨਾਲ ਫੈਸਲੇ ਕੀਤੇ ਜਾਂਦੇ ਨੇ ਔਰ ਉਹਨਾਂ ਦੀ ਮਰਜ਼ੀ ਨਾਲ ਫੈਸਲੇ ਕੀਤੇ ਕੀਤੇ ਜਾਂਦੇ ਨੇ ਜਿਹੜੇ ਚਾਰਜ ਅੱਜ ਬੁਲੇ ਸਿਖੇ ਉਸ ਵੇਲੇ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਉਹ ਬਹੁਤ ਦੇਰ ਬਾਅਦ ਬੁਲੇ ਪਰ ਕਹਿੰਦੇ ਦੇਰ ਹੈ ਇਧਰ ਉਸਤਾਏ ਉਹਨੇ ਕਿਹਾ ਕਿ ਜਿਹੜਾ ਚੀਫ ਜਸਟਿਸ ਹੈਗਾ ਉਹ ਜਿਹੜੇ ਕੇਸ ਹੁੰਦੇ ਨੇ ਇੰਪੋਰਟੈਂਟ ਕੇਸ ਉਹ ਜੱਜਾਂ ਨੂੰ ਮਾਰਕ ਕਰਦੇ ਨੇ ਜਿਹੜੇ ਕਿ ਉਹਦੀ ਕੌਨਫੀਡੈਂਸ ਹੁੰਦੀ ਹੈ ਕਿ ਉਹ ਜਿਹੇ ਫੈਸਲੇ ਕਲਾ ਸਕਦਾ ਹੈ ਸਰਕਾਰ ਨਾਲ ਰਿਲੇਟਡ ਫੈਸਲਾ ਕਰ ਸਕਦਾ ਹੈ ਤੇ ਐਸ ਤੋਂ ਵੱਡੀ ਸ਼ੌਕਿੰਗ ਗੱਲ ਹੋਰ ਕੀ ਹੋ ਸਕਦੀ ਕਿ ਜਿਹੜਾ ਫੈਸਲਾ ਹੈਗਾ ਉਹ ਅਪਾਉਂਡ ਟਰਮਸ ਕੀ ਤੱਕ ਜਾ ਕੇ ਵੀ ਫੈਸਲਾ ਐਦਾਂ ਦਾ ਆਊਗਾ ਤੇ ਆਮ ਆਦਮੀ ਫੇਰ ਇਨਸਾਫ ਦੀ ਕਿਵੇਂ ਉਮੀਦ ਕਰ ਸਕਦਾ ਹੈਗਾ ਕਿ ਜੇ ਫੈਸਲਾ ਇੱਕ ਤਰ੍ਹਾਂ ਤੇ ਆਣਾ ਜਿਵੇਂ ਕਿ ਸਰਕਾਰ ਚਾਹਦੀ ਆ ਤੇ ਜੁਡੀਸ਼ਰੀ ਜੁਡੀਸ਼ਰੀ ਮੇਰੇ ਸਾਹਬ ਨਾਲ ਉਸ ਤੋਂ ਕੋਈ ਵੱਧ ਦੁਖਾਂਤ ਗੱਲ ਨਹੀਂ ਹੈ ਕਿ ਜੁਡੀਸ਼ਰੀ ਇੰਡੀਪੈਂਡੈਂਟ ਨਹੀਂ ਹੈ। ਇਹ ਜੁਡੀਸ਼ਰੀ ਇੰਡੀਪੈਂਡੈਂਟ ਨਹੀਂ ਹੈ ਤੇ ਆਦਾ ਮਤਲਬ ਇਨਸਾਫ ਨਹੀਂ ਹੈ। ਤੇ ਜੇ ਜੁਡੀਸ਼ਰੀ ਕੰਟਰੀ ਦੀ ਫੇਲ ਹੋ ਜਵੇ ਤੇ ਫਿਰ ਬੰਦਾ ਕਿਸ ਤੇ ਉਮੀਦ ਲਗਾਏ? ਜਿਉਂ ਨਾ ਤੱਕਾ ਹੁੰਦਾ ਹੈਗਾ ਤੇ ਆਚਾਰ ਹੁੰਦਾ ਹੈ ਵਾਟਐਵਰ ਉਹ ਜਸਟਿਸ ਦੀ ਹੋਪ ਹੀ ਨਹੀਂ ਕਰ ਸਕਦਾ ਫਿਰ ਤਾਂ ਤੇ ਆ ਤਾਂ ਬੜਾ ਸੌਰੀ ਸਟੇਟ ਆਫ ਅਫੇਅਰਸ ਹੈ ਕਿ ਜੇ ਚੀਫ ਜੇ ਚਾਰਜ ਸਭ ਤੋਂ ਸੀਨੀਅਰ ਜੱਜਸ ਸੁਪਰੀਮ ਕੋਰਟ ਇਹ ਗੱਲ ਕਹਿ ਕਿ ਜੁਡੀਸ਼ੀ ਜਿਹੜੀ ਹੈਗੀ ਹੈ ਕੁਵਿਟਿਡ ਕਿਉਂਕਿ ਉਹਨਾਂ ਦੇ ਵਿੱਚ ਇੱਕ ਚੀਫ ਜਸਟਿਸ ਜਿਹੜੀ ਹੁਣ ਨੇ ਉਹ ਵੀ ਸੰਜੀ ਰੰਜਨ ਗੋਗੋਈ ਜੱਜ ਚਲਾ ਮੇਸ਼ਵਰ ਹੁਰੀ ਤਾਂ ਰਿਟਾਇਰ ਹੋ ਗਏ ਤਾਂ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਦੇ ਮੂਹਰੇ ਆਉਣ ਦੇ ਨਾਲ ਕੁਝ ਉੱਥੇ ਹੁਣ ਫਰਕ ਪਿਆ ਗੋਗੋਈ ਸਾਹਿਬ ਦੇ ਆਉਣ ਨਾਲ ਕੁਝ ਫਰਕ ਪਿਆ ਹੈਗਾ ਕਿਉਂਕਿ ਸਾਰੇ ਜੱਜ ਤਾਂ ਮਾੜੇ ਨਹੀਂ ਹੁੰਦੇ ਜੀ ਬਿਲਕੁਲ ਬਿਲਕੁਲ ਚੰਗੇ ਵੀ ਹੁੰਦੇ ਨੇ ਕੁਝ ਮਾੜੇ ਵੀ ਹੁੰਦੇ ਹਾਂਜੀ ਹਾਂਜੀ ਕੁਝ ਮਾੜੇ ਹੁੰਦੇ ਆ ਹਾਂ ਬਲਕਿ ਹਾਂ ਬਹੁਤ ਚੰਗੇ ਹਾਂ ਉਹ ਤਾਂ ਠੀਕ ਹੀ ਹੁੰਦੇ ਨੇ ਜੇ ਸੁਪਰੀਮ ਕੋਰਟ ਦੇ ਵਿੱਚੋਂ ਚਾਰ ਜੱਜਸ ਜਿਹੜੇ ਉਹ ਆ ਕੇ ਪ੍ਰੈਸ ਕਾਨਫਰੰਸ ਕਰ ਰਹੇ ਹੈ ਤੇ ਮਤਲਬ ਬਹੁਤ ਸਹੀ ਹੈ ਬਹੁਤ ਬਹੁਤ ਸਹੀ ਹਾਂ ਬਹੁਤ ਵੱਡੀ ਗੱਲ ਹੈ ਹਾਂਜੀ ਹਾਂ ਬਹੁਤ ਵੱਡੀ ਗੱਲ ਹੈ ਤੁਹਾਨੂੰ ਲੱਗਦਾ ਕਿ ਉਹਦਾ ਜਿਹੜਾ ਇੰਪੈਕਟ ਹੈ ਉਹ ਜੁਡੀਸ਼ਰੀ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਪਊਗਾ ਥੋੜਾ ਉਸ ਪ੍ਰੈਸ ਕਾਨਫਰੰਸ ਥੋੜਾ ਬਦਲ ਪਏਗਾ ਜਰੂਰ ਮਗਰ ਜਿਆਦਾ ਮੈਂ ਸਮਝਦਾ ਕਿ ਜਿਹੜੇ ਜਿਆਦਾ ਜੱਜਸ ਹੁੰਦੇ ਨੇ ਉਹ ਮਤਲਬ ਗਵਰਨਮੈਂਟ ਦਾ ਪੁਆਇੰਟ ਕਾਦੀ ਤੇ ਇਹ ਗੱਲ ਬੜੀ ਮਾੜੀ ਹੈ ਕਿ ਜਿਹੜੇ ਜਦੋਂ ਰਿਟਾਇਰ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਦੇ ਆਰ ਅਪੋਇੰਟਡ অর ਗਿਵਨ ਸਮ ਅਪੋਇੰਟਮੈਂਟ ਕਿਸੇ ਹੋਰ ਕਮਿਸ਼ਨ ਦੇ ਚਲਾਤਾ ਕਿਸੇ ਹੋਰ ਚਲਾਤਾ ਤੇ ਆ ਜਿਹੜੀ ਪ੍ਰੈਕਟਿਸ ਹੈਗੀ ਹੈ ਕਿ ਜੱਜ ਨੂੰ ਜਿਹੜੇ ਰਿਟਾਇਰ ਤੋਂ ਬਾਅਦ ਕੁਝ ਬੋਟ ਗਿਆ ਕਿਸੇ ਅਪੋਇੰਟਮੈਂਟ ਕਰ ਦਿੰਦੇ ਨੇ ਇਹ ਬੜੀ ਹੀ ਜੜੀ ਹੈਗੀ ਨਾ ਉਹ ਠੀਕ ਨਹੀਂ ਹੈ ਜੁਡੀਸ਼ੀਅਲੀ ਬਿਕਾਉਜ਼ ਜਦੋਂ ਜੱਜ ਕਿ ਰਿਟਾਇਰ ਹੁੰਦਾ ਹੈਗਾ ਉ ਫਿਰ ਉਹ ਧੀ ਕਦਰ ਨਾ ਕਿ ਮਨ ਕੋ ਚ ਲਾਨ ਕੇ ਤੁਹਾਡਾ ਤੁਹਾਡਾ ਪੁਆਇੰਟ ਇਹ ਹੈ ਕਿ ਇਹ ਇਹ ਪ੍ਰੈਕਟਿਸ ਬੰਦ ਹੋਣੀ ਚਾਹੀਦੀ ਇਹੋ ਜਿਹਾ ਲਾਲਚ ਹੋਣਾ ਹੀ ਨਹੀਂ ਚਾਹੀਦਾ ਬਿਲਕੁਲ ਲਾ ਹੋਣਾ ਚਾਹੀਦਾ ਹੈ ਕਿ ਆਫਟਰ ਰਿਟਾਇਰਮੈਂਟ ਜੱਜ ਵਿਲ ਨਾਟ ਬੀ 기ਵਨ ਐਨੀ ਪੂ ਜੱਜ ਦਾ ਅਹੁਦਾ ਬੜਾ ਉੱਚਾ ਹੈ ਉਸ ਤੋਂ ਬਾਅਦ ਹੋਰ ਨੂੰ ਕੀ ਚਾਹੀਦਾ ਕਿਸੇ ਨੂੰ ਉਹਨੂੰ ਚੰਗੀ ਆ ਪੈਨਸ਼ਨ ਮਿਲਦੀ ਹੈ ਆਰ ਚੀਜ਼ ਮਿਲਦੀ ਹੈ ਉਸ ਤੋਂ ਬਾਅਦ ਕਿਸੇ ਕਮਿਸ਼ਨ ਚ ਲਾਣਾ ਕਿ ਸੋਚ ਦਾਣਾ ਇਹ ਤਾਂ ਸોર્ટ ਆਫ ਬ੍ਰਾਈਬ ਇਕੋ ਤਿਆਰ ਕੀਤਾ ਹੈ ਰਾ ਸਾਡੇ ਨਾਲ ਸਾਡੇ ਹਿਸਾਬ ਨਾਲ ਚੱਲੇਗਾ ਸਾਡੇ ਹਿਸਾਬ ਨਾਲ ਚਲੇਗਾ ਤੈਨੂੰ ਅਸੀਂ ਇਹ ਦੇ ਦਾਂਗੇ ਹਮ ਹੁਣ ਇੱਕ ਜੱਜ ਸਾਬ੍ਹਾਂ ਰਹਿ ਰਹੇ ਹੁੰਦੇ ਐ ਜ਼ਾਹਿਰ ਹੁੰਦੇ ਨੇ ਉਹਨੂੰ ਉਲਾਦ ਹੈ ਉਸ ਤਰ੍ਹਾਂ ਚੇਅਰਮੈਨ ਆਫ ਕਮਿਸ਼ਨ ਦਿਸ ਐਂਡ ਥੈਟ ਹੀ ਉਹਨੂੰ ਸਾਰੇ ਕੋਈ ਮਿਲਦੇ ਨੇ ਜਿਹੜੇ ਜਾਇਦ ਮਿਲਦੇ ਹੁੰਦੇ ਨੇ ਕੋਠੀ ਮਕਾਨ ਪੈਸਾ ਸਭ ਕੁਝ ਹਮ ਸੋ ਉਹਨੂੰ ਤੁਸੀਂ 10 ਸਾਲ ਦੀ ਹੋਰ ਰਿਪਾਰਟਮੈਂਟ ਦਿੰਦੇ ਆ ਕਿਉਂ ਇਫ ਜੇ ਤੁਸੀਂ ਪਹਿਲਾਂ ਕੰਮ ਸਰਕਾਰ ਦਾ ਚੱਲੇ ਹੋ ਸੋ ਵੀ ਆਰ ਆਜੜਾ ਪ੍ਰੋਸੈਸ ਆ ਸਾਰਾ ਹਮ ਆ ਹਾ ਟੂ ਹੈਵ ਅ ਕਮਿਟਡ ਜੁਡੀਸ਼ਰੀ ਕਿ ਤੁਸੀਂ ਸਰਦਾਰ ਚੱਲੋ ਐਂਡ ਨਦਰਮਰ ਔਰ ਆਮ ਤੌਰ ਤੇ ਜਿੰਨੇ ਸਾਰੇ ਕੇਸ ਹੁੰਦੇ ਨੇ ਉਹ ਸਰਕਾਰ ਦੇ ਹੀ ਖਿਲਾਫ ਹੁੰਦੇ ਨੇ ਜੀ ਜੀ ਤੇ ਜੇ ਸਰਕਾਰ ਦੇ ਖਿਲਾਫ ਨਹੀਂ ਹੁੰਦੇ ਜੇ ਤੁਸੀਂ ਫੈਸਲਾ ਸਰਕਾਰ ਦੇ ਹੱਕ 'ਚ ਹੀ ਕਰਨਾ ਆਏਗਾ ਤੇ ਫਿਰ ਦੈਟ ਮੀਨਸ ਕਿ ਤੁਸੀਂ ਆਮ ਲੋਕਾਂ ਨੂੰ ਜਿਹੜਾ ਹੈ ਜਸਟਿਸ ਨਹੀਂ ਤੇ ਦੇਰ ਸਰ ਰਫੇਲ ਦੀਲ ਨੂੰ ਲੈ ਕੇ ਬਹੁਤ ਸਾਰੀਆਂ ਜੜੀਆਂ ਪੀਏਐਲ ਸੀਗੀਆਂ ਉਹ ਢਾਕਲ ਹੋਈਆਂ ਸੁਪਰੀਮ ਕੋਰਟ ਚ ਸੁਪਰੀਮ ਕੋਰਟ ਨੇ ਕਿਉਂਕਿ ਜਿਹੜਾ ਫੈਸਲਾ ਹੋਣਾ ਉਹ ਪੇਪਰ ਤੇ ਹੋਣਾ ਪੇਪਰ ਬੋਲਦਾ ਜੱਜ ਨਹੀਂ ਤਾਂ ਉਹ ਹੀ ਜਿਹੜਾ ਫੈਸਲਾ ਕਰਨਾ ਹੁੰਦਾ ਉਹ ਪਟੀਸ਼ਨਾਂ ਰੱਦ ਕਰਤੀਆਂ ਰੱਦ ਹੋਣ ਦਾ ਰੀਜ਼ਨ ਜਿਹੜਾ ਉਹ ਤੁਸੀਂ ਜਾਣਦੇ ਹੋ ਮੈਂ ਦਰਸ਼ਕਾਂ ਵਾਸਤੇ ਜ਼ਰੂਰ ਜਿਹੜਾ ਜੀ ਉਹ ਦੱਸ ਦਵਾਂ ਕਿ ਉਹ ਹੋਇਆ ਇਹ ਕਿ ਉਹ ਕੈਗ ਦੀ ਰਿਪੋਰਟ ਇਹ ਕਹ ਕੇ ਉਹ ਪੀਏਸੀ ਦੇ ਵਿੱਚ ਆ ਗਈ ਪੀਏਸੀ ਨੇ ਜਿਹੜਾ ਜੀ ਪਾਸ ਕੀਤਾ ਸੀ ਪੀਏਸੀ ਦੇ ਚੇਅਰਮੈਨ ਜਿਹੜੇ ਉਹ ਮਲਕਰਜਨ ਖੜਗੇ ਨੇ ਉਹ ਕਹਿੰਦੇ ਸਾਡੇ ਕੋਲੇ ਤਾਂ ਕਦੀ ਰਿਪੋਰਟ ਹੀ ਨਹੀਂ ਆਈ ਹੁਣ ਜਿਹੜੀ ਸਰਕਾਰ ਹੈ ਉਹ ਇਹ ਕਹਿ ਰਹੀ ਹੈ ਹੈਰਾਨਗੀ ਵਾਲੀ ਗੱਲ ਹੈ ਕਿ ਜਿਹੜਾ ਹਲਫਨਾਮਾ ਦਿੱਤਾ ਸਰਕਾਰ ਕਹਿੰਦੀ ਹੈ ਕਿ ਉਹ ਚੇਂਜ ਕਰੋ ਅਸੀਂ ਪੀਏਸੀ ਦੀ ਗੱਲ ਜਿਹੜੀ ਕੀਤੀ ਨਹੀਂ ਸੀ ਕੈਗ ਰਿਪੋਰਟ ਦੀ ਗੱਲ ਕੀਤੀ ਨਹੀਂ ਸੀ ਇਉਂ ਹਲਫਨਾਮਾ ਕੋਈ ਮੇਰੇ ਵਰਗਾ ਲਾਵੇ ਹੁਣ ਤਾਂ ਟੰਗ ਦਿੱਤਾ ਹੁੰਦਾ ਇਹ ਸਰਕਾਰ ਜਦੋਂ ਹਲਫਨਾਮਾ ਇਸ ਤਰ੍ਹਾਂ ਦਾ ਲਾ ਰਹੀ ਹੈ ਇਹਦਾ ਕੀ ਮਤਲਬ ਹੈ ਸਰ ਮੈਂ ਤਾਂ ਹਲਫਨਾਮਾ ਨਾਮ ਦੇ ਬਾਰੇ ਕੁਝ ਦੱਸਣਾ ਚਾਹਾਂਗਾ ਜੀ ਬਿਲਕੁਲ ਕਿ ਅਸੀਂ ਤਾਂ ਹਜ਼ਾਰੇ ਕੇਸ ਪਾਇਆ ਪੰਜਾਬ ਹਾਈ ਕੋਰਟ ਦੇ ਵਿੱਚ ਜੀ ਅਜਿਹੇ ਮੁੰਡੇ ਚੱਕੇ ਗਏ ਮਾਰ ਦਿੱਤੇ ਗਏ ਵੈਰਗੁਰਾ ਉਹਨਾਂ ਹਜ਼ਾਰਾਂ ਕੇਸਾਂ ਦੇ ਵਿੱਚ ਸਰਕਾਰ ਨੇ ਹਰਫਨਾਮਾ ਦਿੱਤਾ ਹਮ ਔਰ ਉਹ ਹਜ਼ਾਰਾਂ ਹਰਫਨਾਮੇ ਝੂਠੇ ਸੀਗੇ ਹਮ ਸਾਰੇ ਦੇ ਸਾਰੇ ਹਮ ਬਗ ਕਿਸੇ ਵੀ ਕੇਸ ਦੇ ਵਿੱਚ ਜਦੋਂ ਬੰਦੇ ਕੇ ਵਿੱਚ ਲਵ ਵੀ ਪਏ ਹਮ ਕੋਈ ਐਕਸ਼ਨ ਨਹੀਂ ਲਿਆ ਗਿਆ ਸਰਕਾਰ ਦੇਖ ਲਓ ਹਮ ਮਤਲਬ ਹਾਈ ਕੋਰਟ ਨੂੰ ਹੀ ਪਤਾ ਸੀ ਕਿ ਝੂਠੇ ਫਿਰੇ ਵੜਾ ਰਹੇ ਨੇ ਹਮ ਮੈਂ ਉਹਦੇ باوجود ਕੋਈ ਐਕਸ਼ਨ ਨਹੀਂ ਲਿਆ ਗਿਆ ਉੱਥੇ ਹੀ ਜਦੋਂ ਤੁਸੀਂ ਦੇਖਦੇ ਹੋ ਕਿ ਈਸ ਦੇ ਵਿੱਚ ਆਸਾਮ ਦੇ ਵਿੱਚ ਜਾਂ ਹੋਰ ਥਾਵਾਂ ਤੇ ਸਰਕਾਰ ਕਦੀ ਝੂਠਾ ਅਫੀਡੇਵਿਟ ਫਾਈਲ ਕਰਦੀ ਨਹੀਂ ਨਹੀਂ ਕਰਦੀ ਨਹੀਂ ਕਰਦੀ ਉਹ ਕੁਝ ਹੋ ਜੇ ਉਹ ਕਹਿੰਦੇ ਨੋ ਰੋਂਗ ਅਫੀਡੇਵਿਟ ਉਸੇ ਸਹੀ ਫਾਈਲ ਕਰਾਂਗੇ ਮਗਰ ਦਿੱਲੀ ਸਾਡੇ ਨਾਲ ਹੈ ਉੱਥੇ ਵੀ ਇਹੀ ਆਦਤ ਪਈ ਹੋਈ ਹੈ ਕਿ ਝੂਠਿਆ ਅਫੀਡੇਵਿਟ ਫਾਈਲ ਕਰਦੇ ਹੁੰਦੇ ਹਨ ਹੁਣ ਜਦੋਂ ਸ਼ਰਿਆ ਵੀ ਝੂਠਾ ਅਫੀਡੇਵਿਟ ਫਾਈਲ ਕੀਤਾ ਸਰਕਾਰ ਨੇ ਤੇ ਸਭੀਗੁਣ ਨੂੰ ਚਾਹੀਦਾ ਨਹੀਂ ਕਿ ਐਕਸ਼ਨ ਲਵੇ ਕੋਈ ਜੈਕਸ਼ਨ ਲਿਆ ਜਾਂਦਾ ਤੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਜਿਹੜਾ ਸਾਡਾ ਸਿਸਟਮ ਹੈ ਜੁਡੀਸ਼ੀ ਦਾ ਵੀ ਉਹ ਕੋਈ ਮਤਲਬ ਠੀਕ ਨਹੀਂ ਹੈ ਇਹ ਇਹਨੂੰ ਕਿੰਨਾ ਗੰਭੀਰ ਮੁੱਦਾ ਤੁਸੀਂ ਜਿਹੜਾ ਇਹ ਸਮਝਦੇ ਹੋ ਔਰ ਇਹ ਕਿੰਨਾ ਐਕਸ਼ਨ ਹੋ ਸਕਦਾ ਇੱਥੇ ਬਹੁਤ ਗੰਭੀਰ ਹੈ ਜੀ ਐਕਸ਼ਨ ਇਮੀਡੀਏਟ ਹੋਣਾ ਚਾਹੀਦਾ ਹੁਣ ਤੱਕ ਹੋ ਜਾਣਾ ਚਾਹੀਦਾ ਜੇ ਇੱਕ ਐਕਸ਼ਨ ਲਿਆ ਲੈਣਾ ਚਾਹੁੰਦੇ ਆ ਉਹ ਤਾਂ ਸਰਕਾਰ ਮੰਨ ਰਹੀ ਹੈ ਗਲਤ ਕੀ ਦਿੱਤਾ ਗਿਆ ਉਹੀ ਤਾਂ ਮੈਂ ਕਹਿ ਰਿਹਾ ਐ ਦੈਨ ਐਕਸ਼ਨ ਲੈ ਕਿਉਂ ਨਹੀਂ ਲੈਂਦੇ ਪਏ ਕੋਣ ਰੋਕਦਾ ਹੈਗਾ ਉਹੀ ਜੋ ਮੈਂ ਤੁਹਾਨੂੰ ਗੱਲ ਦੱਸੀ ਪਹਿਲਾਂ ਦੇ ਹੇਵ ਟੂ ਰਟਾਇਰ ਫਿਰ ਕੋਈ ਚੀਰਮੈਨ ਕਮਿਸ਼ਨ ਡਿਸਕ ਕਮਿਸ਼ਨ ਡਾਇਰੈਕਟਰੀ ਕਮਿਸ਼ਨ ਕੋਈ ਟ੍ਰਿਬਿਨਲ ਜਿੰਨੀਆਂ ਕੰਟਰੋਵਰਸੀਜ਼ ਚੱਲ ਰਹੀਆਂ ਨੇ ਮੌਜੂਦਾ ਦੌਰ ਦੇ ਵਿੱਚ ਉਹ ਸੀਬੀਆਈ ਦੀ ਚੱਲ ਰਹੀ ਹੈ ਆਰਬੀਆਈ ਦਾ ਗਵਰਨਰ ਜਿਹੜਾ ਜੀ ਉਹ ਛੱਡ ਗਿਆ ਇੱਕ ਇੱਕ ਕਰਕੇ ਤੁਹਾਨੂੰ ਲੱਗਦਾ ਕਿ ਜਿਹੜਾ ਹਾਲਫ ਨਾਮ ਸੁਪਰੀਮ ਕੋਰਟ ਤੇ ਸਰਕਾਰ ਨੇ ਦੇਤਾ ਇਹ ਸੁਪਰੀਮ ਕੋਰਟ ਨੂੰ ਵੀ ਇੱਕ ਕਿਸਮ ਦੇ ਨਾਲ ਉਸੇ ਹੀ ਰੋਧ ਵਿੱਚ ਲਿਆਉਣ ਦਾ ਯਤਨ ਨੇ ਬਿਲਕੁਲ ਤੁਸੀਂ ਦੇਖੋ ਕਿ ਸਲੋਲੀ ਐਂਡ ਸਲੋਲੀ ਜਿੰਨੇ ਇੰਸਟੀਟਿਊਸ਼ਨਸ ਅਗੈਣੇ ਉਹ ਸਾਰੇ ਡਿਸਟਰੋਇਡ ਕੀਤੇ ਜਾ ਰਹੇ ਨੇ। ਚਾਹੇ RBI ਹੋਵੇ, ਚਾਹੇ ਸੁਪਰੀਮ ਕੋਰਟ ਹੋਵੇ, ਇਹਦੇ ਪਿੱਛੇ ਮਾਨਸਿਕਤਾ ਕੀ ਹੈ? ਕਿਉਂ? ਉਹ ਐਬਸੋਲਿਊਟ ਰੂਲ ਹੈ ਜੀ। ਆਪਣੇ ਆਪ ਨੂੰ ਸਾਰੇ ਅੰਡਰ ਦਾ ਥੰਬ ਲੈਣਾ ਚਾਹੁੰਦੇ ਨੇ। ਕਿ ਸਾਡੇ ਹਿਸਾਬ ਨਾਲ ਸਭ ਹੋਵੇ। ਆਹ ਮਾਨਸਿਕਤਾ ਕਿ ਸੁਪਰੀਮ ਕੋਰਟ ਦਾ ਜਿਹੜਾ ਜੱਜ ਹੈ ਸਾਡੇ ਹਿਸਾਬ ਨਾਲ ਫੈਸਲਾ ਕਰੇ। ਆਹ ਤੁਸੀਂ ਇੰਸਟੀਟਿਊਸ਼ਨ ਨੂੰ ਡਿਸਟਰੋਇ ਨੀ ਕਰ ਰਹੇ? ਸੀਬੀਏ ਦਾ ਜਿਹੜਾ ਚੇਅਰਮੈਨ ਹੈ ਜਿਹੜਾ ਡਾਇਰੈਕਟਰ ਹੈ, ਜਿਹੜਾ ਚੜਾ ਚੜਦਾ ਪਿਆ ਹੈ, ਉਹ ਕੀ ਐ ਫਿੱਟ ਹੈ? to destroy the institution of cbi mm. pehla kehan cbi inquery de do mm. eh demand hai de? sare har har koi mangda si cbi de mm. do inquery mm. hun oh jeh institution da, wo jada, wo jada jada hai ohde fair name jeh hai ga ohi tusi destroy karta mm. rbi the head of this institution financial economics etcetera mm. oh dise destroy karta mund mm. tusi slowly dekho all the institutions are being destroyed mm. so that they may have absolute power ਨੋਟ ਪਾਵਰ ਐਬਸੋਲਿਊਟ ਪਾਵਰ ਤੁਹਾਨੂੰ ਇਹ ਲੱਗਦਾ ਜਿੱਥੋਂ ਆਪਾਂ ਗੱਲ ਸਟਾਰਟ ਕੀਤੀ ਸੀ ਜੇ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੇ ਲੋਕ ਹੌਲੀ-ਹੌਲੀ ਜਿਹੜਾ ਦੀ ਉਹ ਘਟੇ ਇਸ ਤਰ੍ਹਾਂ ਦੀਆਂ ਗੱਲਾਂ ਆਵਾਹਨ ਵਾਲੇ ਲੋਕ ਜਿਹੜਾ ਦੀ ਉਹ ਘਟੇ ਕਿਉਂਕਿ ਐਜੂਕੇਸ਼ਨ ਜਿਹੜੀ ਸੀ ਉਹ ਲੋਕਾਂ ਦੀ ਸਮਾਪਤ ਕਰ ਦਿੱਤੀ ਗਈ ਉਹ ਢਾਂਚਾ ਹੀ ਦਬਾਹ ਕਰਦਾ ਜਿੱਥੋਂ ਆਮ ਬੰਦਾ ਜਿਹੜਾ ਪੜਦਾ ਸੀਗਾ ਜੇ ਉਹ ਪੜੂਗਾ ਤੇ ਸਵਾਲ ਕਰੂਗਾ ਤੇ ਤੁਹਾਨੂੰ ਇਹ ਲੱਗਦਾ ਕਿ ਇਹ ਸਾਰਾ ਕੁਝ ਇਹ ਪਲੈਨਿੰਗ ਦੇ ਨਾਲ ਹੋਇਆ ਕਿ ਵੋਟ ਬੈਂਕ ਤਾਂ ਉਹ ਰਹਿ ਗਿਆ ਜਿਹੜਾ ਵਿਚਾਰੇ ਨੂੰ ਪਤਾ ਹੀ ਨਹੀਂ ਕੁਝ ਵੀ ਉਹਨੂੰ ਇੱਕ ਡੰਗ ਦੀ ਗੁੱਟੀ ਦੇ ਜਿਵੇਂ ਬਿਲਕੁਲ ਬਿਲਕ ਕੌਣ ਬੋਲੂਗਾ ਜੀ ਫਿਰ ਉਹ ਕਹਿੰਦੇ ਸਾਈਂ ਆਵਾਜ਼ ਬੰਦ ਕਰ ਦਿਓ ਛੱਡਦੇ ਕੋਈ ਨਹੀਂ ਬੋਲਣ ਵਾਲਾ ਵੈਸੇ ਹੁੰਦਾਂ ਕਟਗੇ ਵੈਸੇ ਹੀ ਬੂਲਣ ਵਾਲੇ ਆਵਾਜ਼ ਤਾਂ ਹੁਣ ਸੁੱਧੇ ਜੀ ਕੋਈ ਤੇ ਜਿਹੜੇ ਰਹਿ ਗਏ ਉਹਨੂੰ ਖਤਮ ਕਰ ਦਾਂਗੇ ਉੱਗਨ ਵੇਦਦੇ ਨੇ ਕਿ ਹੋਰ ਹਾਂ ਪਾਲਸੀ ਤੇ ਮੀਡੀਆ ਨੂੰ ਵੀ ਕੰਟਰੋਲ ਕਰਦਾ ਇਹੀ ਰੀਜ਼ਨ ਕਰੀ ਤਾਂ ਹੈ ਕੰਟਰੋਲ ਪੈਸੇ ਨਾਲ ਜਾਂ ਕਿਸੇ ਤਰ੍ਹਾਂ ਜਾਂ ਜੇਲ੍ਹ ਦੇ ਸਰਦੋ ਛੁੱਟ ਕੇ ਇਸ ਪਾਲਜੋ ਤੁਹਾਡੇ ਨਾਲ ਹੋਇਆ ਨਹੀਂ ਇਹ ਟਰ ਸਾਇਲੈਂਸ ਦਾ ਵੌਇਸ ਆਫ ਡਾਈਸੈਂਟ ਚਾਹੇ politisian ਦੇ ਹੋਵੇ ਮਤਲਬ ਚਾਹੇ ਰੇ ਮੀਡੀਆ ਦੀ ਹੋਵੇ ਚਾਹੇ ਕਿਸੇ ਹਿਊਮਰਿਸ ਐਕਟਿਵਿਸਟ ਦੀ ਹੋਵੇ ਫਿਰ ਕਿਧਰ ਨੂੰ ਜਾ ਰਿਹਾ ਜੀ ਮੁਲਕ ਮੁਲਕ ਤਾਂ ਡਾਊਨਵਰਡ ਟ੍ਰੈਂਡ ਹੀ ਹੈ ਬੜੇ ਅਫਸੋਸ ਦੀ ਗੱਲ ਹੈ ਪਰ ਫਿਰ ਵੀ ਤੁਹਾਡੇ ਕੋਲ ਦੇ ਬੰਦੇ ਲੜਦੇ ਨੇ ਅਸੀਂ ਵੀ ਖੜੇ ਹਾਂ that light is still there ਦਿਲ ਕੋਈ ਕੋਹਰੇ ਆ ਬੁੱਟ ਰਹੇ ਹੋ ਕੋਈ ਹੈਗੇ ਤੁਹਾਡੇ ਵਰਗੇ ਸਾਨੂੰ ਇਸ ਗੱਲ ਦਾ ਬੜਾ ਮਾਣ ਹੈ ਕਿ ਤੁਸੀਂ ਇਸ ਪਲੇਟਫਾਰਮ ਦੇ ਉੱਤੇ ਆ ਕੇ ਜਿਹੜਾ ਜੀ ਉਹ ਗੱਲ ਰੱਖ ਰਹੇ ਹੋ ਰੰਜਨ ਲਖਨਪਾਲ ਦੀ ਸਾਡੇ ਨਾਲ ਮਹਿਮਾਨ ਮੌਜੂਦ ਨੇ ਇੱਕ ਸੈਗਮੈਂਟ ਉਹਨਾਂ ਦੇ ਨਾਲ ਜਿਹੜਾ ਦੀ ਉਹ ਹੋਰ ਹੋਗਾ ਜਿੱਦੜ ਉਹ ਇਸ਼ਾਰਾ ਕਰ ਰਹੇ ਨੇ ਕਿਉਂਕਿ ਜੇ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਜਿਹੜੀ ਆ ਉਹ ਹਲਫਨਾਮੇ ਦੀ ਗੱਲ ਉਹਨਾਂ ਨੇ ਸਨਸਨੀਖੇਜ ਆ ਗੱਲ ਕਿ ਸਾਰੇ ਹੀ ਹਲਫਨਾਮੇ ਜਿਹੜੇ ਉਹ ਝੂਠੀ ਸਰਕਾਰ ਲਾਈ ਜਾਂਦੀ ਕਿਉਂਕਿ ਜੇ ਮੰਨਦੀ ਆ ਪਰ ਨਾਲ ਦੀ ਨਾਲ ਤੁਸੀਂ ਇਹ ਦੇਖੋ ਕਿ ਜਿਹੜੇ ਸਟੇਟਾਂ ਦਾ ਉਹ ਜ਼ਿਕਰ ਕਰ ਰਿਹਾ ਕੋਈ ਕਹਿੰਦੇ ਝੂਠਾ ਹਲਪਨਾਮਾ ਨਹੀਂ ਲਾਉਣਾ ਚਾਹੀਏ ਕੁਝ ਵੀ ਹੋ ਜੇ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਸਟੇਟ ਵੀ ਉਹ ਬੈਠੀਆਂ ਨੇ ਕਿਉਂ ਸਾਰਾ ਕੁਝ ਜਿਹੜਾ ਇੱਥੇ ਹੀ ਜਿਹੜਾ ਹੋਈ ਜਾ ਰਿਹਾ ਤੇ ਅੱਗੋਂ ਜਿਹੜਾ ਨਹੀਂ ਹੋਊਗਾ ਕੀ ਹੱਲ ਕੀ ਹੋਊਗਾ ਕਿਉਂਕਿ ਸਾਡੀ ਯੂਥ ਜਿਹੜੀ ਆ ਉਹ ਤਾਂ ਭੱਜ ਗਈ ਬਾਹਰਲੇ ਮੁਲਕਾਂ ਨੂੰ ਕਰਦੀ ਕਿ ਇੱਥੇ ਨੌਕਰੀ ਨਹੀਂ ਹੈਗੀ ਇੱਥੇ ਉਹਨਾਂ ਨੂੰ ਸਿਕਿਉਰਿਟੀ ਜਿਹੜੀ ਆ ਜੀ ਉਹ ਨਹੀਂ ਮਿਲ ਰਹੀ ਅੱਗੋਂ ਕੌਣ ਸੰਭਾਲੂਗਾ ਮੁਲਕ ਨੂੰ ਜਾਂ ਜਿਹੜਾ ਜੀ ਉਹ ਸੂਬੇ ਨੂੰ ਇਰੇ ਉੱਤੇ ਰੰਧਨ ਲਖਨਪਾਲ ਜਿਹੜਾ ਜੀ ਉਹ ਕੀ ਸੋਚਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਭਗਤ ਜੀ ਇੱਕ ਵਾਰੀ ਫੇਰ ਅਸੀਂ ਲਾਸਟ ਸੈਗਮੈਂਟ ਵੱਲ ਨੂੰ ਵਧ ਰਹੇ ਹਾਂ ਸਾਡੇ ਨਾਲ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੀ ਇੱਕ ਉਹ ਸ਼ਖਸੀਅਤ ਇੱਕ ਸਰਜੀਤ ਪਾਤਰ ਜੀ ਦਾ ਸ਼ੇਰ ਹੈ ਕਿ ਮੇਰੇ ਮਿੱਤਰ ਜੋ ਇਸ ਆਸ ਤੇ ਮਰ ਗਏ ਕਿ ਮੈਂ ਉਹਨਾਂ ਦੇ ਦੁੱਖ ਦਾ ਬਣਾਵਾਂਗਾ ਗੀਤ ਜੇ ਮੈਂ ਚੁੱਪ ਹੀ ਰਿਹਾ ਜੇ ਮੈਂ ਕੁਝ ਨਾ ਕਿਹਾ ਬਣ ਕੇ ਰੂਹਾਂ ਸਦਾ ਪਟਕਦੇ ਰਹਿਣਗੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਪਟਕਣ ਨਹੀਂ ਦਿੱਤਾ ਕਮ ਸੇ ਕਮ ਦੇਖੋ ਜੇ ਉਸ ਵਿਅਕਤੀ ਦੀ ਮੌਤ ਹੋ ਗਈ 30 30 ਸਾਲ 32 ਸਾਲ ਪਹਿਲਾਂ ਚੁੱਕ ਕੇ 15 15 ਸਾਲ ਦੇ ਜਿਹੜੇ ਉਹ ਮਾਰ ਦਿੱਤੇ ਗਏ ਉਹ ਵਾਪਸ ਨਹੀਂ ਆ ਸਕਦੇ ਜੀ ਕਿਸੇ ਵੀ ਹਾਲਤ ਚ ਨਹੀਂ ਵਾਪਸ ਆ ਸਕਦੇ ਇੰਨਾ ਕੁ ਸਕੂਨ ਹੈ ਛੋਟਾ ਜਿਹਾ ਕਿ ਚਲੋ ਕੁਝ ਇਨਸਾਫ ਤਾਂ ਜਿਹੜਾ ਜੀ ਉਹ ਦਵਾਇਆ ਔਰ ਉਹ ਇਨਸਾਫ ਮਿਲਿਆ ਕਿਉਂ ਕਿ ਅਜੇ ਹੀਆਂ ਸ਼ਕਤੀਆਂ ਜੜੀਆਂ ਦੀ ਉਹ ਮੌਜੂਦ ਨੇ ਅਜੇ ਵੀ ਜੜੀਆਂ ਨਾ ਡਰਦੀਆਂ ਨੇ ਨਾ ਵਿਕਦੀਆਂ ਨੇ ਇੱਕ ਕੱਲ ਉਹਨਾਂ ਨੇ ਸਟਾਰਟਿੰਗ ਦੇ ਵਿੱਚ ਕਹੀ ਸੀ ਜਿੰਨੀ ਦੇਰ ਮੇਰਾ ਖਿਆਲ ਮੇਰੇ ਸਾਹ ਚੱਲਦਿਆ ਮੈਨੂੰ ਉਹ ਯਾਦ ਰਹੂਗੀ ਕਿ ਮੇਰੀ ਕੀਮਤ ਕੱਖ ਨਹੀਂ ਪਰ ਮੈਂ ਵਕਾਉ ਨਹੀਂ ਇਹ ਬਹੁਤ ਵੱਡੀ ਜਿਹੜੀ ਦੀ ਉਹ ਗੱਲ ਹੈ ਬਹੁਤ ਵੱਡੀ ਗੱਲ ਹੈ ਪਰ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਣਾ ਅੱਜ ਜਿਹੜੀ ਸਿਚੁਏਸ਼ਨ ਯੂਥ ਦੀ ਹੈ ਸਾਡੀ ਇੱਕ ਜਨਰੇਸ਼ਨ ਤਬਾਹ ਹੋ ਗਈ ਉਹਨੂੰ ਚਿੱਟਾ ਖਾ ਗਿਆ ਜੀ ਇੱਥੇ ਜੋ ਪੰਜਾਬ ਦੇ ਹਾਲਾਤ ਜਿਹੜੇ ਬਣੇ ਜਿੰਨੇ ਇੱਕ ਬੱਚੇ ਕੋਈ ਵੀ ਜਿਹੜਾ ਪੇਰੈਂਟਸ ਆ ਉਹ ਇਹ ਨਹੀਂ ਚਾਹੁੰਦਾ ਕਿ ਉਹ ਇੱਥੇ ਰਵੇ ਅੱਜ ਕੈਨੇਡਾ ਅਮਰੀਕਾ ਆਸਟ੍ਰੇਲੀਆ ਕਿੰਨੇ ਲੋਕ ਜਿਹੜੇ ਦੀ ਉਹ ਚਲੇ ਗਏ ਚੰਗੇ ਭਵਿੱਖ ਦੀ ਭਾਲ ਦੇ ਵਿੱਚ ਕੀ ਕਰਦੇ ਜਾਂ ਇੱਥੇ ਚਿੱਟੇ ਚਟਾ ਉਹਨਾਂ ਨੂੰ ਨਿਕਲ ਜਾਂਦਾ ਜਾਂ ਉਹ ਕਿਸੇ ਗਲਤ ਜਗ੍ਹਾ ਦੇਤੇ ਜਿਹੜਾ ਜੀ ਉਹ ਪੈ ਜਾਂਦੇ ਸੂਬੇ ਦਾ ਭਵਿੱਖ ਤੁਸੀਂ ਕਿਵੇਂ ਦੇਖਦੇ ਹੋ ਕੱਲ ਨੂੰ ਅਸੀਂ ਕੋਈ ਹੋਰ ਰੰਜਨ ਲਖਨਪੁਰ ਉਹ ਕਿੱਥੋਂ ਲੱਭਾਂਗੇ ਦੋਸਤਾਂ ਮੈਂ ਕਾਫੀ ਪੋਜ਼ਿਟਿਵ ਔਰ ਆਪਟੀਮਿਸਟਿਕ ਹਾਂ ਜੀ ਕਿ ਕੋਈ ਨਾ ਕੋਈ ਹੋਤਾ ਜੰਮੂ ਕੋਈ ਐਸੀ ਗੱਲ ਨਹੀਂ ਹੂੰ ਜੀ ਤੇ ਕੋਈ ਗੁਰੂ ਗੋਬਿੰਦ ਸਿੰਘ ਜੀ ਦੱਸ ਤੇ ਜੀ ਤੇ ਕਰਨ ਵਾਲੇ ਬੰਦੇ ਇੱਥੇ ਕਾਫੀ ਨਹੀਂ ਐਸੀ ਗੱਲ ਨਹੀਂ ਤੁਸੀਂ ਵੀ ਹੈਗੇ ਹੋ ਅਸੀਂ ਵੀ ਕਿਵੇਂ ਹੋਰ ਵੀ ਹੋਣਗੇ ਹੈਗੇ ਵੀ ਨੇ ਆਣਗੇ ਵੀ ਮਗਰ ਮੈਂ ਸਮਝਦਾ ਕਿ ਤੁਸੀਂ ਗੱਲ ਠੀਕ ਹੀ ਹੈ ਕਿ ਬੱਚੇ ਬਾਜ਼ ਜਾ ਰਹੇ ਨੇ ਦੌੜ ਰਹੇ ਨੇ ਆ ਸਾਰਾ ਚਿੱਟਾ ਛੜ ਕੇ ਵਗੈਰਾ ਲੋਕੀ ਕਹਿੰਦੇ ਕਿ ਬਾਜ਼ ਜਾਓ ਮਗਰ ਸਾਨੂੰ ਇੱਥੇ ਲੜਨਾ ਵੀ ਚਾਹੀਦਾ ਹੈ ਕਿ ਜਿਹੜੀ ਇੱਥੇ ਕ੍ਰੂਤੀਆਂ ਹੈਗੀਆਂ ਜਿਹੜਾ ਤੇ ਅਤਿਆਚਾਰ ਹੋ ਰਿਹਾ ਹੈ ਜੋ ਬੇਨਸਾ ਵੀ ਹੋ ਰਹੀ ਹੈ ਉਹਦੇ ਖਿਲਾਫ ਲੜਨ ਲਈ ਵੀ ਬੰਦੇ ਚਾਹੀਦੇ ਨੇ ਔਰ ਇਹ ਨਹੀਂ ਕਿ ਸਾਰੇ ਬਾਹਰ ਹੀ ਚਲ ਜਾਂਦੇ ਮੈਂ ਪਹਿਲੀ ਵਾਰੀ ਗਿਆ ਸੀ ਅਮਰੀਕਾ 87 ਦੇ ਵਿੱਚ ਜੀ ਤੇ ਮਾਨੂੰ ਉੱਥੇ ਲੋਕੀ ਕਹਿਣ ਲਾ ਪਏ ਕਿ ਐਡਾ ਹਾਲ ਹੈਗਾ ਪੈੜਾ ਹਾਲ ਆ ਇਹ ਹੈ ਉਹ ਹੈ ਤੇ ਤੁਸੀਂ ਇੱਥੇ ਰਹਿ ਜਾਓ ਮੈਂ ਕਿਹਾ ਜੀ ਮੈਂ ਇੱਥੇ ਰਹਿ ਸਕਦਾ ਮਾਨੂੰ ਕੋਈ ਤਕਲੀਫ ਨਹੀਂ ਹੈ ਮਗਰ ਉੱਥੇ ਜਾ ਕੇ ਕੌਣ ਲੜੂਗਾ ਉੱਥੇ ਜਿਹੜੇ ਕ੍ਰੂਤੀਆਂ ਆ ਗਈਆਂ ਉਹ ਜਿਹੜੀਆਂ ਮਤਲਬ ਬੇਇਨਸਾਫ ਹੋ ਰਿਹਾ ਬੰਦੇ ਮਾਰੇ ਜਾ ਰਹੇ ਵਗੈਰਾ ਹੋ ਰਿਹਾ ਉਹਦਾ ਲਈ ਤਾਂ ਕੋਈ ਬੰਦਾ ਕਿ ਚਾਹੀਦਾ ਖੜਨ ਲਈ ਹੂੰ ਕਿ ਆਪਾਂ ਸਾਰੇ ਇੱਥੇ ਆ ਕੇ ਵਾਸ ਜਾਵਾਂਗੇ ਤਾਂ ਉੱਥੇ ਜਾ ਕੇ ਗੱਲਾਂ ਠੀਕ ਕੌਣ ਕਰੂਗਾ ਹੂੰ ਤੇ ਮੈਂ ਸਮਝਦਾ ਕਿ ਲੜਨ ਲਈ ਵੀ ਕੋਈ ਬੰਦਾ ਤੇ ਚਾਹੀਦਾ ਪੰਜਾਬ ਦੇ ਵਿੱਚ ਜਿਹੜਾ ਸਾਰੀਆਂ ਗੱਲਾਂ ਨੂੰ ਠੀਕ ਕਰ ਸਕੇ ਹੂੰ ਉਹ ਸਾਰੇ ਬਾਅਦ ਚੱਲ ਜਾਂਦਾ ਮੈਂ ਸਮਝਦਾ ਰਹੀ ਹਾਂ ਤੇ ਲਈ ਤਾਂ ਇੱਥੇ ਲੜਕੇ ਇੱਥੇ ਰਹਿ ਕੇ ਲੜਨੀ ਪੈਣੀ ਸਭ ਹੂੰ ਆਗਲਾ ਇਹ ਤੇ ਹੈ ਕਿ ਜਿਹੜੀ ਉਹ ਲੜਨੀ ਪੈਣੀ ਹੈ ਜਿਹੜੇ ਕੁਝ ਲੋਕ ਜਿਹੜਾ ਇਹ ਕਹਿੰਦੇ ਆ ਚਾਹੇ ਉਹ 2020 ਵਾਲੇ ਹੋ ਜਾਣ ਚਾਹੇ ਜਿਹੜੀ ਉਹ ਵੱਖਰੀ ਜਿਹੜੀ ਗੱਲ ਕਰਦੇ ਆ ਕਿ ਨਹੀਂ ਹੱਲ ਜਿਹੜਾ ਜੀ ਉਹ ਇੱਕੋ ਆ ਕਿ ਵੱਖਰਾ ਮੁਲਕ ਜਿਹੜਾ ਜੀ ਹੋਵੇ ਕੀ ਇਹ ਜੁਨੀਆਂ ਮੁਸ਼ਕਲਾਂ ਦੇ ਵਿੱਚੋਂ ਪੰਜਾਬ ਲੰਘ ਰਿਹਾ ਪਰ ਬੜੀਆਂ ਦਾ ਜ਼ਿਕਰ ਕੀਤਾ ਕੀ ਉਹ ਹੱਲ ਹੈ ਇਹਦਾ ਦੇਖੋ ਜੀ ਮੈਂ ਸਮਝਦਾ ਕਿ ਉਹਨੇ ਡਿਮਾਂਡ ਜੋ ਹੈ ਠੀਕ ਹੈ ਜਾਂ ਗਲਤ ਹੈ ਮਗਰ ਉਹ ਅਲੱਗ ਹੋਣਾ ਕੋਈ ਮੇਰੇ ਹਿਸਾਬ ਨਾਲ ਕੋਈ ਸੋਲੂਸ਼ਨ ਨਹੀਂ ਸੋਲੂਸ਼ਨ ਤਾਂ ਜੋ ਹੈ ਉਹਦੇ ਖਿਲਾਫ ਲੜਨਾ ਹੈ ਜੋ ਸਾਡੇ ਦਾ ਬੇਇਨਸਾਫੀ ਹੁੰਦੀ ਹੈ ਉਹਦੇ ਖਿਲਾਫ ਆਵਾਜ਼ ਉਠਾਉਣਾ ਹੈ ਔਰ ਉਹਦੇ ਖਿਲਾਫ ਲੜਾਈ ਲੜਨੀ ਹੈ ਜਦ ਤੱਕ ਸਾਨੂੰ ਇਨਸਾਫ ਨਾ ਮਿਲੇ ਹਮ ਕਹੀ ਹੈ ਲੜਾਈ ਇਹ ਜਿਹੜੀ ਇਹਦੀ ਜਿਹੜੇ ਬਹੁਤ ਵੱਡਾ ਕਿਉਂਕਿ ਵੱਡੇ ਪੱਧਰ ਦੇ ਤੇ ਇੱਕ ਭਾਈਚਾਰਾ ਉਹਨ ਵਿਦੇਸ਼ਾਂ 'ਚ ਬੈਠਾ ਉਹਦਾ ਬੜਾ ਪ੍ਰਭਾਵ ਕਬੂਲਿਆ ਜਾਂਦਾ ਹੈ ਉਹਦਾ ਬੜਾ ਪ੍ਰੈਸ਼ਰ ਪੈਂਦਾ ਕਰਤਾਰਪੁਰ ਨਾਲ ਲੰਘਾ ਕਿਤੇ ਨਾ ਕਿਤੇ ਪ੍ਰਭਾਵ ਇੰਟਰਨੈਸ਼ਨਲ ਇਹਦਾ ਹੈਗਾ ਜਿਹੜਾ ਭਾਈਚਾਰਾ ਬੈਠਾ ਕਿ ਉਹ ਉੱਥੇ ਬੈਠਿਆਂ ਕਿਸੇ ਤਰੀਕੇ ਦੇ ਨਾਲ ਇਹ ਲੜਾਈ ਜਿਹੜੀ ਮਨੁੱਖੀ ਅਧਿਕਾਰਾਂ ਦੀ ਹੈ ਉਹਦੇ ਵਿੱਚ ਸ਼ਾਮਲ ਹੋ ਸਕਦਾ ਬਿਲਕੁਲ ਹੋ ਸਕਦਾ ਕੀ ਤਰੀਕੇ ਨੇ ਜੀ ਉਹਦੇ ਦੇਖਿਓ ਉਹ ਵਿਆਹ ਸਬੰਦਾਂਕ ਉੱਥੇ ਜਾ ਕੇ ਤਾਂ ਸਿਰਫ ਸਪੋਰਟ ਹੈ ਉੱਥੇ ਬਹਿ ਕੇ ਲੜੀ ਤਾਂ ਇੱਥੇ ਲੋਕੀ ਲੜਦੇ ਨੇ ਜਿਹੜਾ ਬੱਦਾ ਕੈਨੇਡਾ 'ਚ ਬੈਠਾ ਹੈਗਾ ਇਹ ਅਮਰੀਕਾ 'ਚ ਬੈਠਾਗਾ ਉੱਥੇ ਜਿਹੜੀ ਪੰਜਾਬੀ ਲੜਾਈ ਹੈ ਉਹ ਨਹੀਂ ਲੜ ਸਕਦਾ ਉਹ ਸਿਰਫ ਬੋਲ ਸਕਦਾ ਕਿ ਇਹ ਹੋਏਗਾ ਜੇ ਇਹ ਹੋ ਗਿਆ ਜੇ ਉਹ ਹੋ ਗਿਆ ਜੀ ਲੜਾਈ ਤਾਂ ਜੇ ਲੜਨੀ ਹੈ ਤੇ ਇੱਥੇ ਆ ਕੇ ਲੜ ਜਿਹੜਾ ਸਿਸਟਮ ਖਰਾਬ ਹੈ ਇੱਥੇ ਆ ਕੇ ਠੀਕ ਕਰੋ ਸਿਰਫ ਲਿਪ ਸਰਵਿਸ ਨਾਲ ਕੰਮ ਨਹੀਂ ਹੁੰਦਾ ਮਤਲਬ ਕੰਮ ਕਰਨਾ ਪੈਂਦਾ ਜਿਹੜੇ ਅਸੀਂ ਦਸ਼ਾਦਤ ਤੁਸੀਂ ਸੰਦਿਆ ਤੁਸੀਂ ਵੀ ਹਸੇ ਨੇ ਆਹ ਤੁਸੀਂ ਇੱਥੇ ਹੀ ਬੈ ਕੇ ਹਸੇ ਨੇ ਇੱਥੇ ਲਈ ਲੜੀ ਹੈ ਸੱਚ ਨੂੰ ਸੱਚ ਕਹਿਆ ਤੇ ਇੱਥੇ ਆ ਕੇ ਕਹਿਣਾ ਉੱਥੇ ਤਾਂ ਕੋਈ ਐਡੀ ਗੱਲ ਨਹੀਂ ਹੈ ਤੇ ਫੇਸ ਅਸੀਂ ਕਰਦੇ ਅਸੀਂ ਚੇਂਜ ਕਰਾਵਾਂਗੇ ਤੇ ਸਭ ਹਮ ਪਹਿਲੇ ਹੀ ਲੜਦੇ ਪਏ ਹੁਣ ਨਹੀਂ ਲੜਾਂਗੇ ਕੋਈ ਜਿਵੇਂ ਸੋਸ਼ਲ ਮੀਡੀਆ ਦਾ ਅੱਜ ਕੱਲ ਬਹੁਤ ਵੱਡਾ ਕਿਹੜਾ ਜੀ ਉਹ ਰੋਲ ਹੈ ਕਿ ਕੋਈ ਇਸ ਤਰ੍ਹਾਂ ਦੀ ਮੂਵਮੈਂਟ ਜਿਹੜੀ ਦੀ ਉਹ ਖੜੀ ਕੀਤੀ ਜਾ ਸਕਦੀ ਹੈ ਕਿ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੇ ਲੋਕ ਅੱਜ ਵੀ ਚਿਹਰੇ ਬਹੁਤ ਪਏ ਆ ਉਹਨਾਂ ਨੂੰ ਦੁਬਾਰਾ ਥੋੜਾ ਤੁਣਕਾ ਮਾਰਿਆ ਜਾ ਸਕਦਾ ਕੁਟੰਬੇ ਆ ਜਾ ਸਕਦੇ ਬਿਲਕੁਲ ਹੈ ਸਮਝਦਾ ਜਿਹੜੇ ਰਾਈਟ ਥਿੰਕਿੰਗ ਪੀਪਲ ਹੈਗੇ ਜਿਵੇਂ ਤੁਸੀਂ ਲੜੀਏ ਤੁਸੀਂ ਸਬਰ ਕੀਤਾ ਹੈਗਾ ਜਿਹੜੇ ਅਸੀਂ ਹੈਗੇ ਹਾਂ ਉਹ ਲੋਕੀ ਨੇ ਜਿਹੜੇ ਇਸ ਫੀਲਡ 'ਚ ਨੇ ਆਪਣਾ ਕੰਮ ਕਰ ਰਹੇ ਨੇ ਜਿੱਥੇ ਜਿੱਥੇ ਬੈਠੇ ਨੇ ਸੱਚਾਈ ਨਾਲ ਦਲੇਰੀ ਨਾਲ ਉਹ ਕਿੱਥੇ ਹੋਣ ਮੀਡੀਆ ਨਾਲ ਲੱਗੇ ਅਸੀਂ ਗੱਲ ਕਰੀਏ ਹਿਊਮਨ ਰਾਈਟਸ ਦੀ ਹੋਰ ਜਿਹੜਾ ਇੱਥੇ ਟ੍ਰਾਸਡਿਸ ਹੁੰਦੀਆਂ ਛੁੱਠੇ ਕੇਸ ਪਾਇ ਜਾਂਦੇ ਨੇ ਉਹ ਖੈਲੇ ਕਿੱਥੇ ਜਾਂ ਮੀਡੀਆ ਦਾ ਮੈਂ ਤਾਂ ਸਮਝ ਬਹੁਤ ਬਹੁਤ ਵੱਡਾ ਰੋਲ ਰਾਈਟ ਥਿੰਕਿੰਗ ਪੀਪਲ ਨੂੰ ਤੁਸੀਂ ਇਕੱਠਿਆਂ ਕਰੋ ਆਵਾਜ਼ ਉਠਾਓ ਅਸੀਂ ਸਭ ਕੁਝ ਚੇਂਜ ਕਰਾਂਗੇ ਔਰ ਮੇਰਾ ਖਿਆਲ ਜਿਹੜੇ ਤੁਹਾਡੇ ਵਰਗੇ ਲੋਕ ਲੜਦੇ ਨੇ ਹੋਰ ਵੀ ਹੋਣਗੇ ਉਹਨਾਂ ਦੀ ਕਮ ਸੇ ਕਮ ਸਪੋਰਟ ਕਰੋ ਬਿਲਕੁਲ ਸਪੋਰਟ ਕਰੋ ਵਾ ਚਾਹੇ ਇੱਥੇ ਆਓ ਜਿੰਨੂੰ ਡਾ ਦੇਣਾ ਇੱਥੇ ਵੀ ਆ ਸਕਦਾ ਇੱਥੇ ਵੀ ਲੜਾਈ ਲੜ ਸਕਦਾ ਤੁਸੀਂ ਆਪਾਂ ਲੜਦੇ ਆ ਜੀ ਜੀ ਸਾਡਾ ਨੁਕਸਾਨ ਵੀ ਆਇਆ ਜਿੰਨਾ ਵੀ ਹੋ ਸਕਦਾ ਸੁਖਿਆ ਫਿਰ ਵੀ ਉਹ ਲੜ ਰਹੇ ਪੰਜਾਬ ਦੇ ਵਿੱਚ ਲਾਸਟ ਦੇ ਵਿੱਚ ਮੈਥਡ ਤੋਂ ਇਹ ਜਰਨਾ ਚਾਹੁੰਦਾ ਪੰਜਾਬ ਦੇ ਵਿੱਚ ਤੁਸੀਂ ਕੋਈ ਆਸ ਦੀ ਕਿਰਨ ਚੰਗੀ ਦੇਖਦੇ ਹੋ ਕਿ ਕੋਈ ਲੀਡਰ ਜਿਹੜਾ ਉੱਠੂਗਾ ਤੇ ਇਹ ਬਹੁਤ ਕੁਝ ਸਹੀ ਕਰ ਦੂਗਾ ਹਾਂਜੀ ਜ਼ਰੂਰ ਉੱਠੇਗਾ ਮੈਂ ਸਮਝਦਾ ਕਿ ਐਸੀ ਕੋਈ ਕਮਿਨੀ ਹੈ ਸਾਡੇ ਪੰਜਾਬ ਦੇ ਲੋਕਾਂ ਚ ਦੇਰ ਹੈ ਦਰਸਾ ਕਦੀ ਦਾ ਕੁਝ ਅਮੀ ਲੜਾਈ ਜਾਰੀ ਹੈ ਅੱਜ ਅੱਜ ਤੁਸੀਂ ਕਿਸੇ ਲੀਡਰ ਦੇ ਵਿੱਚ ਕੋਈ ਐਸੀ ਸੰਭਾਵਨਾ ਦੇਖਦੇ ਹੋ ਅੱਜ ਦੇ ਕਿਸੇ ਲੀਡਰ ਚ ਅੱਜ ਦੇ ਵਿੱਚ ਮੈਂ ਕੋਈ ਐਡੀ ਗੱਲ ਨਹੀਂ ਸਮਝਦਾ ਪਰ ਇਹ ਨਹੀਂ ਗੱਲ ਕਿ ਵੀ ਨਹੀਂ ਉੱਠੂਗਾ ਆਊਗਾ ਜੀ ਅੱਗੇ ਨਹੀਂ ਆਊਗਾ ਕੋਈ ਐਸੀ ਗੱਲ ਨਹੀਂ ਪਰ ਆਮ ਵੈਰੀ ਪੋਜ਼ਿਟਿਵ ਕਿ ਆਪਾਂ ਜਰੂਰ ਬਦਲ ਸਕਾਂਗੇ ਮੈਂ ਸਮਝਦਾ ਕਿ ਆਪਾਂ ਜੇ ਸਾਰੇ ਇਕੱਠੇ ਹੋ ਜਾਈਏ ਕੋਈ ਗੱਲ ਨਹੀਂ ਕਿ ਆਪਾਂ ਸਾਰਾ ਸੀਨ ਨਾ ਬਦਲ ਸਕੀਏ ਜੇ ਆਪਾਂ ਉਹ ਕਾਲੇ ਦਿਨ ਨਹੀਂ ਰਹਿੰਦੇ ਤੇ ਹਾਂ ਤੇ ਇਹ ਵੀ ਨਹੀਂ ਤੇ ਆ ਵੀ ਨਹੀਂ ਰਹੂਗਾ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਏ ਸਰ ਔਰ ਔਰਸ ਵਾਲਾਂ ਦੇ ਜਵਾਬ ਤੇ ਜਿਹੜੇ ਟੈਕਨੀਕਲ ਬਹੁਤ ਸਾਰੇ ਲੋਕਾਂ ਨੇ ਜਿਹੜਾ ਜੀ ਉਹ ਪਤਾ ਨਹੀਂ ਤੁਹਾਡਾ तहे ਦਿਲੋਂ ਧੰਨਵਾਦ ਹੈ ਜੀ ਬਹੁਤ ਮਿਹਰਬਾਨੀ ਥੈਂਕ ਯੂ ਸਰ ਇਹ ਸਾਡੀ ਰੰਜਨ ਲਖਨਪਾਲ ਜੀ ਜਿਹੜੇ ਕਿ ਨਾਮੀ ਕਾਫੀ ਹੈ ਜੀ ਕਿ ਮਨੁੱਖੀ ਅਧਿਕਾਰਾਂ ਦੇ ਵਾਸਤੇ ਜਿਹੜੇ ਲੜਨ ਵਾਲੇ ਲੋਕ ਇਹ ਹਫਤਾ ਉਹ ਸ਼ੁਰੂ ਹੋ ਗਿਆ ਉਹ ਦਿਨ ਸ਼ੁਰੂ ਹੋ ਗਏ ਪੰਜਾਬ ਦੇ ਵਿੱਚ ਜਿਹੜੇ ਅਜਿਹੇ ਦਿਨ ਨੇ ਜਿਹੜੇ ਇਤਿਹਾਸ ਦੇ ਵਿੱਚ ਕਦੇ ਮਿਟਾਏ ਨਹੀਂ ਜਾ ਸਕਦੇ ਉਹ ਵੱਡੇ ਸਾਹਿਬਜ਼ਾਦੇਾਂ ਦੀ ਸ਼ਹੀਦੀ ਹੈ ਛੋਟੇ ਸਾਹਿਬਜ਼ਾਦੇਾਂ ਦੀ ਸ਼ਹੀਦੀ ਹੈ ਮਾਤਾ ਗੁਜਰੀ ਜੀ ਦੀ ਸ਼ਹੀਦੀ ਹੈ ਜਿਹੜੇ ਕਿ ਲੋਕਾਂ ਦੇ ਵਾਸਤੇ ਲੜਨ ਵਾਲੇ ਇਹ ਲੋਕ ਸਨ ਉਹ ਸਾਡੇ ਹੀਰੋ ਨੇ ਸਾਡੇ ਅੰਗ ਸੰਗ ਹੀਰੋ ਨੇ ਉਹਨਾਂ ਨੂੰ ਯਾਦ ਕਰਨਾ ਇਹਨਾਂ ਦਿਨਾਂ ਦੇ ਵਿੱਚ ਸਹੀ ਯਾਦ ਜਿਹੜੀ ਇਹ ਹੋਊਗੀ ਕਿ ਉਹਨਾਂ ਵਾਂਗੂ ਜਿਹੜਾ ਝੁਕਣ ਤੋਂ ਬਿਨਾ ਡਰੇ ਤੋਂ ਬਿਨਾ ਜਿਹੜਾ ਉਹ ਮਨੁੱਖੀ ਅਧਿਕਾਰਾਂ ਦੀ ਲੜਾਈ ਜਿਹੜੀ ਉਹ ਲੜੀ ਜਾਵੇ ਤਾਂ ਕਿ ਆਉਂਦੇ ਸਮੇਂ ਦੇ ਵਿੱਚ ਕਈ ਹੋਰ ਰੰਜਨ ਨਖਨਪਾਲ ਜਿਹੜੇ ਜੀ ਉਹ ਖੜੇ ਹੋ ਸਕਣ ਔਰ ਉਹ ਲੜਾਈ ਲੜ ਸਕਣ ਪ੍ਰੋਗਰਾਮ ਵੇਖਣ ਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੀ ਤੁਹਾਡੀ ਮੁਲਾਕਾਤ ਅਗਲੇ ਹਫਤੇ ਇੱਕ ਹੋਰ ਸ਼ਖਸੀਅਤ ਦੇ ਨਾਲ ਹੋਊਗੀ ਤਦ ਤੱਕ ਲਈਏ ਜਾਸਤੇ ਹੋ ਜੀ ਧੰਨਵਾਦ ਸਤਿ ਸ੍ਰੀ ਅਕਾਲ